ਦੋਸਤੋ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਹਾਜ਼ਰ ਹਾਂ ਅੱਜਕੱਲ੍ਹ ਹੋएगी ਦਵਿੰਦਰ ਬੰਬੀਹਾ ਗੈਂਗ ਦੀ ਪੀਤੇ ਕੁਝ ਵੀਡੀਓਜ਼ ਦੌਰਾਨ ਜਦੋਂ ਕੀ ਗੱਲ ਵਿੱਕੀ ਮਿੱਡੂ ਖੇੜਾ ਦੇ ਕਤਲ ਦੀ ਹੋਈ ਸੀ ਉਸ ਵਕਤ ਦਵਿੰਦਰ ਬੰਬੀਹਾ ਗੈਂਗ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲੈ ਜਾਣ ਦਾ ਇੱਕ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕੀ ਕਈ ਵੀਡੀਓਜ਼ ਦੇ ਵਿੱਚ ਮੈਂ ਵੀ ਚਰਚਾ ਕੀਤੀ ਦਵਿੰਦਰ ਬੰਬੀਹਾ ਗੈਂਗ ਕਿਸ ਤਰੀਕੇ ਨਾਲ ਰਣਜੀਤ ਸੇਵੇਵਾਲਾ ਤੇ ਨਾਲ ਉੱਭਰਿਆ ਗੁਰਬਖਸ਼ ਸੇਵੇਵਾਲਾ ਉਸ ਦੇ ਪ੍ਰਾਦੇ ਨਾਲ ਮਿਲ ਕੇ ਦਵਿੰਦਰ ਬੰਬੀਹਾ ਗੈਂਗ ਨੇ ਆਪਣੀ ਗਤੀਵਿਧੀਆਂ ਅੰਜਾਮ ਦਿੱਤੀਆਂ ਇਹ ਚੀਜ਼ਾਂ ਨੂੰ ਅਸੀਂ ਲਵੀ ਦਿਉੜਾ ਦੇ ਮਰਡਰ ਤੇ ਵਿਨੇ ਦਿਉੜਾ ਜਿਸ ਦਾ ਨਾਂ ਵਿੱਕੀ ਮਿੱਡੂ ਖੇੜਾ ਦੇ ਮਰਡਰ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ ਉਸ ਸੰਦਰਭ ਤੇ ਰੋਸ਼ ਨੇ ਵਿੱਚ ਤੁਹਾਡੇ ਸਾਹਮਣੇ ਚਰਚਾ ਦੇ ਵਿੱਚ ਲਿਆਂਦਾ ਸੀ ਲੇਕਿਨ ਅੱਜਕੱਲ ਨਿਰੋਲ ਤੌਰ ਤੇ ਮੈਂ ਇਸੀ ਗੈਂਗ ਦੀ ਗੱਲ ਕਰਾਂਗਾ ਯਾਨੀ ਕਿ ਦਿਵਿੰਦਰ ਬੰਬੀਹਾ ਤੇ ਉਸ ਦੇ ਗੈਂਗ ਦੀ ਕਿਉਂਕਿ ਇਹ ਬਾਹਦ ਐਸਾ ਗੈਂਗ ਹੈ ਪੰਜਾਬ ਦੇ ਵਿੱਚ ਜਿਸ ਦੀਆਂ ਗਤੀਵਿਧੀਆਂ ਜਿਸ ਦੀਆਂ ਕਿ ਬਹੁਤ ਹੀ ਜ਼ਿਆਦਾ ਖਤਰਨਾਕ ਮਰਡਰ ਤੋਂ ਲੈ ਕੇ ਅਪਰਾਧ ਜਗਤ ਦੀ ਕੁਝ ਐਸੀ ਗਤੀਵਿਧੀਆਂ ਸਨ ਜੋ ਕਿ ਸ਼ਾਇਦ ਹੀ ਹੋਰ ਪੰਜਾਬ ਦੇ ਕਿਸੇ ਗੈਂਗ ਨੇ ਅੰਜਾਮ ਦਿੱਤੀਆਂ ਹੋਣ ਇਹ ਐਸਾ ਗੈਂਗ ਹੈ ਜੋ ਕਿ ਕਾਫੀ ਰੈਕਲੈਸ ਹੈ ਅਜੀ ਤਰੀਕ ਦੇ ਵਿੱਚ ਵੀ ਸੈਂਕੜਾ ਸ਼ੂਟਰ ਇਸ ਗੈਂਗ ਕੋਲ ਹੈਗੇ ਨੇ ਤੇ ਦਵਿੰਦਰ ਬੰਬੀਹਾ ਦੀ ਮੌਤ ਤੋਂ ਤਕਰੀਬਨ 5 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਗੈਂਗ ਦੀਆਂ ਗਤੀਵਿਧੀਆਂ ਉਸੇ ਨਾਂ ਦੇ ਉੱਤੇ ਯਾਨੀ ਦਵਿੰਦਰ ਬੰਬੀਹਾ ਦੇ ਨਾਂ ਦੇ ਉੱਤੇ ਹੀ ਚੱਲੂ ਹੈਗੀਆਂ ਨੇ ਮੈਂ ਜ਼ਿਕਰ ਪਹਿਲਾਂ ਕਰ ਚੁੱਕਾ ਕਿ ਬਹੁਤ ਸੇ ਐਸੇ ਸਰਗਨਾ ਹੈਗੇ ਨੇ ਇਸ ਗੈਂਗ ਦੇ ਵੱਡੇ ਗੈਂਗਸਟਰ ਹੈਗੇ ਨੇ ਜਿਹੜੇ ਕਿ ਇਸ ਵਕਤ ਸਲਾਖਾਂ ਦੇ ਪਿੱਛੇ ਨੇ ਬਹੁਤ ਸਿਆ ਨੂੰ ਇਨਕਾਊਂਟਰ ਦੇ ਵਿੱਚ ਮਾਰ ਗੇ ਰਿਹਾ ਗਿਆ ਚੁੱਕਾ ਹੈ ਲੇਕਿਨ ਇਸ ਦੇ ਬਾਵਜੂਦ ਕੀ ਕਾਰਨ ਹੈ ਵੀ ਦਵਿੰਦਰ ਬੰਬੀਹਾ ਦਾ ਜਿਹੜਾ ਨਾਂ ਹੈ ਇਸ ਗੈਂਗ ਦੇ ਉੱਤੇ ਉਸਦੀ ਛਾਪ ਲੱਗੀ ਹੋਈ ਹੈ ਤੇ ਅੱਜ ਵੀ ਕੱਲਾ ਭਾਰਤ ਹੀ ਨਹੀਂ ਬਲਕਿ ਕੈਨੇਡਾ ਤੇ ਕਈ ਹੋਰ ਐਸੇ ਮੁਲਕ ਹੈਗੇ ਨੇ ਜਿਸ ਦੇ ਵਿੱਚ ਕੀ ਮੰਨਿਆ ਜਾਂਦਾ ਵੀ ਦਵਿੰਦਰ ਬੰਬੀਹਾ ਦੇ ਸ਼ਾਰਪ ਸ਼ੂਟਰ ਹੈਗੇ ਨੇ ਤੇ ਜੇ ਕਿਸੇ ਵੀ ਮੁਲਕ ਦੇ ਵਿੱਚ ਕੋਈ ਗਤੀਵਿਧੀ ਜਾਂ ਕੋਈ ਵੀ ਹਮਲਾ ਕਰਾਉਣਾ ਹੋਵੇ ਉਹ ਦਵਿੰਦਰ ਬੰਬੀਹਾ ਦਾ ਗੈਂਗ ਕਰਵਾਉਣ ਦੇ ਵਿੱਚ ਸਮਰੱਥ ਹੈ ਇਸ ਦਾ ਵੱਡਾ ਉਦਾਹਰਣ ਹੈਗਾ ਸੁਖਪ੍ਰੀਤ ਬੁੱਢਾ ਜਿਸ ਦੀ ਕੀ ਹਾਜ਼ਰੀ ਅਰਬੇਨੀਆ ਤੇ ਕੁਝ ਹੋਰ ਜਿਹੜੇ ਜਿਹੜੇ ਸੀਆਈਐਸ ਨੇਸ਼ਨਸ ਹਨ ਉਹਨਾਂ ਦੇ ਵਿੱਚ ਨਜ਼ਰ ਆਈ ਸੀ ਯਰਬ ਤੋਂ ਇਲਾਵਾ ਕੈਨੇਡਾ ਦੇ ਵਿੱਚ ਵੀ ਕਰਨ ਆਜਲਾ ਦੇ ਉੱਤੇ ਹਮਲਾ ਹੋਇਆ ਸੀ ਜਿਸ ਵਿੱਚ ਕੀ ਦਵਿੰਦਰ ਬੰਬੀਹਾ ਤੇ ਜਿਹੜੇ ਗੈਂਗਸਟਰ ਤੇ ਸ਼ੂਟਰ ਸਨ ਉਹਨਾਂ ਵੱਲੋਂ ਕੈਨੇਡਾ ਦੀ ਧਰਤੀ ਉੱਤੇ ਵੀ ਇਹ ਹਮਲਾ ਕਰਵਾਤਾ ਗਿਆ ਸੀ ਸੋ ਅੰਦਾਜ਼ਾ ਲਗਾ ਸਕਦਾ ਹੈ ਵੀ ਇਹ ਉਹ ਗੈਂਗ ਹੈ ਜੋ ਕਿ ਪੰਜਾਬ ਦੇ ਹੋਰ ਕਿਸੇ ਵੀ ਗੈਂਗ ਜਾਂ ਗੈਂਗਸਟਰ ਦੇ ਨਾਲ ਅਲਾਈਂਡ ਹੋ ਕੇ ਨਹੀਂ ਚੱਲਿਆ ਹੈ ਆਪਣੇ ਪੱਧਰ ਤੇ ਦਵਿੰਦਰ ਬੰਬੀਹਾ ਜੋ ਕਿ ਸਾਲ 2011 ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਹਾਂ ਇਸ ਗੈਂਗ ਦੀ ਸ਼ੁਰੂਆਤ ਹੁੰਦੀ ਹੈ ਰਣਜੀਤ ਸੇਵੇਵਾਲਾ ਦਾ ਜਿਹੜਾ ਮਰਡਰ ਹੈ ਉਹ ਕੀਤਾ ਗਿਆ ਸੀ ਉਹ ਮੈਂ ਪੂਰੀ ਕਹਾਣੀ ਦੱਸੀ ਸੀ ਕਿ ਇਸ ਤਰੀਕੇ ਨਾਲ ਮੰਡੀ ਦੇ ਵਿੱਚ ਇੱਕ ਝਗੜਾ ਹੋਇਆ ਸੀਗਾ ਜੈਤੋਂ ਮੰਡੀ ਦੇ ਵਿੱਚ ਉਹ ਝਗੜਾ ਹੋਇਆ ਸੀ ਤੇ ਉਸ ਝਗੜੇ ਤੋਂ ਬਾਅਦ ਇਹ ਪੂਰਾ ਗੈਂਗ ਸੀ ਉਹ ਬਣਿਆ ਰਣਜੀਤ ਸੇਵਾਲ ਦਾ ਜਿਹੜਾ ਮਰਡਰ ਉਸ ਦੇ ਵਿਰੋਧੀਆਂ ਵੱਲੋਂ ਕੀਤਾ ਗਿਆ ਸੀ ਉਸ ਦਾ ਬਦਲਾ ਲੈਣ ਵਜੋਂ ਜਾ ਕੇ ਦਵਿੰਦਰ ਬੰਬੀਹੇ ਨੇ ਉਹ ਜਿਹੜੀ ਹਤਿਆਕਾਂਡ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਗੁਰਬਖਸ਼ ਸੇਵੇਵਾਲਾ ਦੇ ਨਾਲ ਮਿਲ ਕੇ ਦਵਿੰਦਰ ਬੰਬੀਹਾ ਨੇ ਇੱਕ ਆਪਣਾ ਗੈਂਗ ਬਣਾਇਆ ਸਤੰਬਰ 2016 ਜਦੋਂ ਕਿ ਦਵਿੰਦਰ ਬੰਬੀਹਾ ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਢੇਰ ਕਰਤਾ ਗਿਆ ਸੀ ਬਠਿੰਡਾ ਦੇ ਸੀਆਈਏ ਯੂਨਿਟ ਵੱਲੋਂ ਮੁਕਾਬਲਾ ਕੀਤਾ ਗਿਆ ਸੀ ਉਸ ਵਕਤ ਦਵਿੰਦਰ ਬੰਬੀਹਾ ਤੇ ਖੁਦ ਦੀ ਉਮਰ 26 ਸਾਲ ਦੱਸੀ ਗਈ ਇਸ ਉਮਰ ਤੋਂ ਪਹਿਲਾਂ ਤਕਰੀਬਨ 8 ਤੋਂ 9 ਸਾਲ ਦਵਿੰਦਰ ਬੰਬੀਹਾ ਨੇ ਯਾਨੀ ਕਿ ਲਗਭਗ ਆਪਣੀ ਜ਼ਿੰਦਗੀ ਦੇ ਵਿੱਚ ਉਹ 16 ਜਾਂ 17 ਸਾਲ ਦੀ ਉਮਰ ਤੋਂ ਉਸਨੇ ਜੁਰਮ ਦੇ ਵਿੱਚ ਪੈਰ ਰੱਖਿਆ ਸੀ ਇਹ ਦੱਸਿਆ ਜਾਂਦਾ ਬਹੁਤ ਛੋਟੇ ਹੁੰਦੇ ਆ ਇੱਕ ਯਾਰ ਦੋਸਤ ਦੇ ਨਾਲ ਉਸ ਦੀ ਕਿਸੇ ਗਰਲਫ੍ਰੈਂਡ ਜਾਂ ਸਹੇਲੀ ਨੂੰ ਲੈ ਕੇ ਕੋਈ ਝਗੜਾ ਚੱਲਦਾ ਪਿਆ ਸੀ ਜਿਸ ਵਿੱਚ ਕੀ ਦਵਿੰਦਰ ਬੰਬੀਹਾ ਦੀ ਇਨਵੋਲਵਮੈਂਟ ਪਹਿਲੀ ਵਾਰ ਸਾਹਮਣੇ ਆਈ ਬਾਅਦ ਦੇ ਵਿੱਚ ਉਸਦੇ ਯਾਰ ਦੋਸਤ ਵੱਲੋਂ ਗੋਲੀ ਚਲਾਈ ਗਈ ਉਸ ਘਟਨਾ ਦੇ ਵਿੱਚ ਇੱਕ ਫਾਰਾਮ ਦੀ ਵਰਤੋਂ ਹੋਈ ਕੇਸ ਰਜਿਸਟਰ ਹੋ ਗਿਆ ਮੁਕਦਮੇ ਵਿੱਚ ਕਿਉਂਕਿ ਦਵਿੰਦਰ ਬੰਬੀਹਾ ਦਾ ਨਾਂ ਸੀ ਪੁਲਿਸ ਨੇ ਥੋੜੀ ਜਿਹੀ ਸਖਤੀ ਉਸ ਨਾਲ ਕੀਤੀ ਇਹ ਵੀ ਦੱਸਿਆ ਗਿਆ ਵੀ ਉਸ ਵਕਤ ਜਾਂ ਉਸ ਪਾਰਟਿਕੂਲਰ ਕੇਸ ਜਿਸ ਤੋਂ ਕੀ ਦਵਿੰਦਰ ਬੰਬੀਹਾ ਦੀ ਜੁਰਮ ਦੀ ਦੁਨੀਆ ਦੀ ਸ਼ੁਰੂਆਤ ਹੁੰਦੀ ਹੈ ਉਸ ਦੇ ਵਿੱਚ ਮੁੱਢਲੀ ਪੱਧਰ ਤੇ ਜਿਹੜੀ ਇਨਕੁਆਇਰੀ ਹੋਈ ਸੀ ਉਸ ਵਿੱਚ ਉਸ ਵਿੱਚ ਉਤਲੇ ਅਫਸਰਾਂ ਵੱਲੋਂ ਬੰਬੀਹਾ ਦਾ ਨਾਮ ਕੇਸ ਵਿੱਚੋਂ ਕੱਢਤਾ ਗਿਆ ਸੀ ਲੇਕਿਨ ਫਿਰ ਦਬਾਅ ਕੁਝ ਐਸਾ ਪਿਆ ਜਿਸ ਤੋਂ ਬਾਅਦ ਕੀ ਦਵਿੰਦਰ ਬੰਬੀਹਾ ਜੋ ਕਿ ਉਸ ਵਕਤ ਬਹੁਤ ਕਾਟੋਮਰਦਾ ਸੀ ਅਪਰਾਧ ਜਗਤ ਦੀ ਦੁਨੀਆ ਦੇ ਨਾਲ ਉਸ ਦਾ ਕੋਈ ਵਾਹ ਵਾਸਤਾ ਉਸ ਤਰੀਕੇ ਦਾ ਨਹੀਂ ਸੀ ਉਸ ਨੂੰ ਇਸ ਕੇਸ ਦੇ ਵਿੱਚ ਇਨਵੋਲ ਕੀਤਾ ਗਿਆ ਤੇ ਉਸ ਨੂੰ ਜੇਲ੍ਹ ਜਾਣਾ ਪਿਆ ਉਸੀ ਜੇਲ ਤੋਂ ਬਾਅਦ ਉਸਨੇ ਅਪਰਾਧੀ ਦੁਨੀਆ ਦੇ ਵਿੱਚ ਆਪਣੇ ਐਸੇ ਕਦਮ ਪੁੱਟਣੇ ਸ਼ੁਰੂ ਕੀਤੇ ਜੋ ਕਿ ਫਿਰ ਵਾਪਸ ਉਸ ਨੂੰ ਕਦੇ ਵੀ ਆਮ ਨੋਰਮਲ ਜ਼ਿੰਦਗੀ ਵੱਲ ਵਾਪਸ ਨਹੀਂ ਮੋੜ पाए ਸੋ ਦਵਿੰਦਰ ਬੰਬੀਹਾ ਦੀ ਜ਼ਿੰਦਗੀ ਬਹੁਤ ਹੀ ਇੱਕ ਉਤਾਰ ਚੜਾ ਪਰੇ ਜ਼ਿੰਦਗੀ ਸੀ ਤੇ ਬਹੁਤ ਘੱਟ ਉਮਰ ਦੇ ਵਿੱਚ ਹੀ ਦਵਿੰਦਰ ਬੰਬੀਹਾਨ ਨੇ ਅੰਡਰਵਰਲਡ ਦੇ ਵਿੱਚ ਜੁਰਮ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਖਰੇ ਕਿਸਮ ਦਾ ਨਾਮ ਬਣਾ ਲਿਆ ਸੀਗਾ ਕਿਉਂਕਿ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਇਹ ਉਹੀ ਦੌਰ ਸੀ ਜਦੋਂ ਕਿ ਸ਼ੇਰਾ ਖੋਬਣ ਜੈਪਾਲ ਪੁੱਲਰ ਰੌਕੀ ਜਿਹੜਾ ਫਜ਼ਿਲਕਾ ਸੀ ਕਰਮਿੱਤੀ ਸੇਖੋਂ ਵਰਗੇ ਸਾਰੇ ਲੋਕ ਉਸ ਵਕਤ ਝਗੜੇ ਤੇ ਚੱਲਿਆ ਕਰਦੇ ਸਨ ਉਸ ਵਕਤ ਗੈਂਗ ਵਾਰਸ ਹੋਇਆ ਕਰਦੀਆਂ ਸਨ ਲੇਕਿਨ ਉਸ ਦੌਰ ਦੇ ਵਿੱਚ ਦਵਿੰਦਰ ਬੰਬੀਹਾ ਜਿਹੜਾ ਸੀ ਉਹ ਆਪਣੇ ਗੁੱਟ ਨੂੰ ਲੈ ਕੇ ਅਲੱਗ ਚੱਲਿਆ ਦਵਿੰਦਰ ਬੰਬੀਹਾ ਜਿਸ ਦੀ ਕੀ ਉਮਰ ਉਸ ਵਕਤ ਤਕਰੀਬਨ 20-22 ਸਾਲਾਂ ਦੀ ਰਹੀ ਹੋ ਸਕਦੀ ਹੈ ਮੈਂ ਸਾਲ 2011-12 ਦੀ ਗੱਲ ਕਰ ਰਿਹਾ ਜਦੋਂ ਕਿ ਉਸ ਨੇ ਇਸ ਗੈਂਗ ਦੀ ਸ਼ੁਰੂਆਤ ਕੀਤੀ ਸੀ ਯਕੈਲੀ ਉਸ ਦੇ ਗੈਂਗ ਦੇ ਗਤੀਵਿਧੀਆਂ ਲਗਾਤਾਰ ਵੱਧ ਰਹੀਆਂ ਸਨ ਉਸ ਵਕਤ ਉਸ ਦੇ ਨਾਲ ਗੈਂਗ ਦੇ ਵਿੱਚ ਕੁਝ ਹੋਰ ਨੌਜਵਾਨ ਸਨ ਜਿਸ ਦੇ ਵਿੱਚ ਕੀ ਕਰਮਜੀਤ ਸਿੰਘ ਜਸਪ੍ਰੀਤ ਸਿੰਘ ਜੈਂਪੀ ਡੌਨ ਜਿਸ ਨੂੰ ਕਹਿੰਦੇ ਸਨ ਇਸ ਤੋਂ ਇਲਾਵਾ ਨਿਸ਼ਾਨ ਸਿੰਘ ਇਹ ਤਿੰਨੋਂ ਐਸੇ ਨੌਜਵਾਨ ਸਨ ਜੋ ਕਿ ਬਹੁਤ ਘਾਟ ਘਟਮਰਾਂ ਦੇ ਸਨ ਲਗਭਗ 18 18 19 19 ਸਾਲ ਦੀ ਇਹ ਨੌਜਵਾਨਾਂ ਦੀ ਉਮਰ ਸੀ ਸੋ ਇੱਕ ਬਹੁਤ ਹੀ ਅਲੜ ਉਮਰ ਦੇ ਨੌਜਵਾਨ ਮੈਂ ਕਹਾਂਗਾ ਵੀ ਇਹ ਸਾਰੇ ਇਸ ਗੁੱਟ ਦੇ ਵੀ ਸ਼ਾਮਲ ਸਨ ਤੇ ਸਭ ਤੋਂ ਜ਼ਿਆਦਾ ਗਲਤ ਗੱਲ ਜਿਹੜੀ ਹੋਈ ਉਹ ਇਹ ਸੀ ਵੀ ਇਹ ਜਿਹੜੇ ਨੌਜਵਾਨ ਸਨ ਇਹ ਐਸੀਆਂ ਗਲਤ ਗਤੀਵਿਧੀਆਂ ਤੇ ਖਤਰਨਾਕ ਮਰਡਰਾਂ ਦੇ ਵਿੱਚ ਇਸ ਕਿਸਮ ਦੀਆਂ ਵਾਰਦਾਤਾਂ ਦੇ ਵਿੱਚ ਇਨਵੋਲ ਰਹੇ ਜਿਸ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਲਗਾਇਆ ਜਾ ਸਕਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਪੰਜਾਬ ਪੁਲਿਸ ਦੇ ਜਿਹੜੇ ਰਿਕਾਰਡ ਦੇ ਵਿੱਚ 6 ਐਫ ਆਈ ਆਰ ਦਵਿੰਦਰ ਬੰਬੀਹਾ ਦੇ ਆਪਣੇ ਖਿਲਾਫ ਬੋਲਦੀਆਂ ਸਨ 6 ਕਤਲ ਦੇ ਐਸੇ ਮੁਕਦਮੇ ਬੋਲਦੇ ਸਨ ਲੇਕਿਨ ਦਵਿੰਦਰ ਬੰਬੀਹਾ ਨੇ ਪੰਜਾਬ ਹਰਿਆਣਾ ਗਵਾਂਡੀ ਸੂਬਾ ਜਿਹੜਾ ਹੈ ਤੇ ਉਸ ਤੋਂ ਇਲਾਵਾ ਮੁੰਬਈ ਤੱਕ ਜਾ ਕੇ ਯਾਨੀ ਕਿ ਬੰਬੇ ਦੇ ਵਿੱਚ ਜਾ ਜਾ ਕੇ ਵੀ ਕਈ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ। ਜੁਰਮ ਦੇ ਆਪਣੇ ਇਸ ਸਫ਼ਰ ਦੇ ਵਿੱਚ ਦਵਿੰਦਰ ਬੰਬੀਹਾ ਨੇ ਤਕਰੀਬਨ 2 ਦਰਜਨ ਤੋਂ ਵੱਧ ਹੱਤਿਆਵਾਂ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਦਵਿੰਦਰ ਬੰਬੀਹਾ ਜਿਹੜੇ ਲੋਕਾਂ ਦੇ ਨਾਲ ਜਾਣੂ ਸੀ ਜਾਂ ਜੋ ਵੀ ਆਪਣੇ ਇੰਟਰਨਲ ਗਰੁੱਪਸ ਦੇ ਵਿੱਚ ਗੱਲ ਕਰਿਆ ਕਰਤਾ ਸੀ ਉਸ ਵਿੱਚ ਉਸ ਦਾ ਇੱਥੋਂ ਤੱਕ ਦਾਵਾ ਸੀ ਕਿ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਹੜੇ ਵੀ ਅਨਟ੍ਰੇਸਡ ਮਰਡਰ ਹੈਗੇ ਨੇ ਉਹ ਪਤਾ ਕਰ ਲਿੱਤੇ ਜਾਂ ਤਾਂ ਉਸ ਦੇ ਵਿੱਚੋਂ 70-80% ਕੇਸਸ ਜਾਂ ਵਾਰਦਾਤਾਂ ਦਵਿੰਦਰ ਬੰਬੀਹਾ ਉਸ ਦੇ ਖੁਦ ਵੱਲੋਂ ਜਾਂ ਉਸ ਦੇ ਗੈਂਗ ਵੱਲੋਂ ਕੀਤੀਆਂ ਗਈਆਂ ਹੋ ਸਕਦੀਆਂ ਨੇ ਜੇਐਮਪੀ ਡੌਨ ਕਰਮਜੀਤ ਤੇ ਨਿਸ਼ਾਨ ਸਿੰਘ ਇਹ ਉਹ ਲੋਕ ਸਨ ਜੋ ਕਿ ਬਹੁਤ ਹੀ ਕਾਟੂ ਮਰਦੇ ਸਨ ਅਲੜ ਸਨ ਲੇਕਿਨ ਰੈਕਲਸ ਸਨ ਇਹਨਾਂ ਵੱਲੋਂ ਜਿਹੜੀਆਂ ਗਤੀਵਿਧੀਆਂ ਜਾਂ ਵਾਰਦਾਤਾਂ ਜਨਮ ਦਿੱਤੀਆਂ ਜਾਂਦੀਆਂ ਸਨ ਉਹ ਬਹੁਤ ਹੀ ਬੇਦਰਦੀ ਦੇ ਨਾਲ ਨਿਰਮਮਤਾ ਦੇ ਨਾਲ ਅੰਜਾਮ ਦਿੱਤੀਆਂ ਜਾਂਦੀਆਂ ਸਨ ਸੁਪਾਰੀ ਜਾਂ ਕੰਟਰੈਕਟ ਕਿਲਿੰਗ ਦੇ ਨਾਂ ਤੇ ਜਾਂ ਫਿਰ ਚਿੱਟੇ ਦੀ ਸਮਗਲਿੰਗ ਦੇ ਨਾਂ ਤੇ ਇਸ ਗੈਂਗ ਨੇ ਜ਼ਿਆਦਾ ਕੁਝ ਨਹੀਂ ਕੀਤਾ ਲੇਕਿਨ ਆਪਣੀ ਦੁਸ਼ਮਣੀਆਂ ਪੂਰੀਆਂ ਕਰਨ ਜਾਂ ਫਿਰ ਆਪਣੇ ਨਾਲ ਦੇ ਜਾਣ ਪਛਾਣ ਦੇ ਲੋਕਾਂ ਤੇ ਉਹਨਾਂ ਦੇ ਹਿਸਾਬ ਕਿਤਾਬ ਜਾਂ ਉਹਨਾਂ ਦੀ ਕਿਸੇ ਲਾਗਡਾਟ ਦੇ ਵਿੱਚ ਉਹਨਾਂ ਦਾ ਸਮਰਥਨ ਕਰਨ ਜਾਂ ਫਿਰ ਛੋਟੀ ਮੋਟੀ ਜਿਹੜੀ ਉਗਾਈ ਛੋਟੀ ਮੋਟੀ ਕੀ ਉਗਾਈ ਆਪਣੇ ਇਲਾਕੇ ਦੇ ਵਿੱਚ ਸਥਾਨਕ ਪਦਰ ਤੇ ਠੇਕੇਦਾਰਾਂ ਤੋਂ ਬਿਜ਼ਨਸਮੈਨ ਤੋਂ ਉਹ ਉਗਾਈ ਵਸੂਲਣ ਦਾ ਜਿਹੜਾ ਕੰਮ ਸੀ ਉਹ ਇਸ ਗੈਂਗ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਬਹੁਤ ਸੀਆਂ ਇਕਤਵਾਦੀਕ ਵਾਰਦਾਤਾਂ ਵੱਡੀਆਂ ਛੋਟੀਆਂ ਰਹੀਆਂ ਜਿਸ ਵਿੱਚ ਕੀ ਬਹੁਤ ਹੀ ਕੋਲਡ ਬਲੱਡਿਡ ਮਰਡਰ ਇਸ ਪੂਰੇ ਦਵਿੰਦਰ ਬੰਬੀਹਾ ਗੈਂਗ ਵੱਲੋਂ ਅੰਜਾਮ ਦਿੱਤੇ ਗਏ ਤੇ ਦਵਿੰਦਰ ਬੰਬੀਹਾ ਦੀ 2016 ਵਿੱਚ ਮੌਤ ਤੋਂ ਬਾਅਦ ਵੀ ਉਹ ਸਿਲਸਿਲਾ ਇਸ ਦੇ ਗੈਂਗ ਦੇ ਹੋਰ ਮੈਂਬਰਾਂ ਵੱਲੋਂ ਇਸੇ ਗੈਂਗ ਦੇ ਨਾਂ ਦੇ ਉੱਤੇ ਜਾਰੀ ਰਿਹਾ ਫਰੀਦਕੋਟ ਜੇਲ੍ਹ ਦੀ ਘਟਨਾ ਦੱਸੀ ਜਾਂਦੀ ਹੈ ਜਦੋਂ ਕਿ ਦਵਿੰਦਰ ਬੰਬੀਹਾ ਜੇਲ੍ਹ ਦੇ ਵਿੱਚ ਸੀ ਤੀ ਉਸ ਵਕਤ ਉਸ ਦਾ ਦਰੂਪ ਤੌਧਰ ਨਾਂ ਦੇ ਇੱਕ ਹੋਰ ਗੈਂਗਸਟਰ ਦੇ ਨਾਲ ਝਗੜਾ ਹੋਇਆ ਜਿਸ ਦੌਰਾਨ ਕੀ ਮਾਰਕੁੱਟਾਈ ਕੀਤੀ ਗਈ ਆ ਉਸ ਜੇਲ੍ਹ ਦੇ ਵਿੱਚ ਮਾਰ ਕੁੱਟਾਈ ਦਾ ਸਬਬ ਇੱਕ ਐਸੀ ਦੁਸ਼ਮਣੀ ਦੇ ਵਿੱਚ ਤਬਦੀਲ ਹੋ ਗਿਆ ਜਿਸ ਨੇ ਕਿ ਕਈ ਸਾਲ ਬਾਅਦ ਤੱਕ ਚੱਲਣਾ ਸੀ ਤੇ 2016 ਵਿੱਚ ਇੱਕ ਐਸੀ ਵਾਰਦਾਤ ਹੋਈ ਐਸੀ ਘਟਨਾ ਹੋਈ ਜਦੋਂ ਕਿ ਦਰੂ ਤੌਦਰ ਨੇ ਹੀ ਦਵਿੰਦਰ ਬੰਬੀਹਾ ਨੂੰ ਨਿਊਟਰਲਾਈਜ਼ ਕਰਨ ਲਈ ਆਪਣੇ ਕੁਝ ਛਾਪ ਸ਼ੂਟਰ ਭੇਜੇ ਸੀ ਘਟਨਾ ਕੁਝ ਇਸ ਤਰੀਕੇ ਨਾਲ ਸੀ ਵੀ ਦਵਿੰਦਰ ਬੰਬੀਹਾ ਜੋ ਕਿ ਵੈਸੇ ਤਾਂ ਸ਼ੇਰਾ ਖੁੱਬਣ ਜਿਹੜਾ ਜੈਪਾਲ ਪੁੱਲਰ ਸੀ ਇਸ ਦੇ ਨਾਲ ਹੀ ਵਿੱਕੀ ਗੌਂਡਰ ਸੀ ਸੇਖੋ ਮੁੜਕੀ ਸੀ ਇਹ ਸਾਰੇ ਜਿਹੜੇ ਗੈਂਗਸਟਰ ਸਨ ਉਹਨਾਂ ਦੇ ਨਾਲ ਕੋਈ ਅਲਾਈਨਮੈਂਟ ਨਾ ਹੁੰਦਿਆਂ ਹੋਇਆ ਵੀ ਕੋਈ ਇਹਦਾ ਝਗੜਾ ਹੈ ਕੋਈ ਦੁਸ਼ਮਣੀ ਉਸ ਤਰੀਕੇ ਦੀ ਨਹੀਂ ਸੀ ਇੱਕ ਆਪਸ ਦੇ ਵਿੱਚ ਲਿਹਾਜ਼ਦਾਰੀ ਜਿਹੜੀ ਉਹ ਕਹਿੰਦੇ ਆ ਉਹ ਸੀ ਲੇਕਿਨ ਜੱਗੂ ਭਗਵਾਨਪੁਰਿਆ ਤੇ ਉਸ ਦੀ ਲੀਗ ਦੇ ਥਰੂ ਦੌਦਰ ਵਰਗੇ ਕੁਝ ਐਸੇ ਗੈਂਗਸਟਰ ਸਨ ਜਿਨ੍ਹਾਂ ਦੇ ਨਾਲ ਜਿਹੜੀ ਦੁਸ਼ਮਣੀ ਸੀ ਦਿਵਿੰਦਰ ਬੰਬੀਹਾ ਦੀ ਉਹ ਲਗਾਤਾਰ ਵਧਦੀ ਜਾ ਰਹੀ ਸੀ ਸਾਲ 2016 ਵਿੱਚ ਰਵੀ ਖਵਾਜਕੇ ਦਾ ਜਿਹੜਾ ਮਰਡਰ ਕੀਤਾ ਜਿਸ ਤਰੀਕੇ ਨਾਲ ਮੈਰੇਜ ਪੈਲੇਸ ਦੇ ਵਿੱਚ ਸ਼ਰਿਆਮ ਦੋ ਹੋਰ ਵੀਡੀਓਜ਼ ਦੇ ਵਿੱਚ ਤਾਂ ਜ਼ਿਕਰ ਕੀਤਾ ਹੈ ਉਸ ਤੋਂ ਬਾਅਦ ਜਿਹੜੀ ਸੀ ਲੜਾਈ ਵਧੀ ਲਾਰੈਂਸ ਬਿਸ਼ਨੋਈ ਤੇ ਜੈਪਾਲ ਪੁੱਲਰ ਜੋ ਕਿ ਰਵੀ ਖਵਾਜ ਕੇ ਨੂੰ ਆਪਣੇ ਦੋਸਤਾਂ ਵਜੋਂ ਮੰਨਦੇ ਸਨ ਬੇਸ਼ੱਕ ਉਹਨਾਂ ਦਾ ਕੋਈ ਆਪਸ ਦੇ ਵਿੱਚ ਉਹ ਉਮੀਦਾਰਾਪਤਾ ਨਹੀਂ ਸੀ ਲੇਕਿਨ ਰਵੀ ਖਵਾਜ ਕੇ ਦੇ ਮਰਡਰ ਨੇ ਜੈਪਾਲ ਪੁੱਲਰ ਤੇ ਲਾਰੈਂਸ ਬਿਸ਼ਨੋਈ ਤਾਂ ਜਿਹੜਾ ਗੁੱਟ ਸੀ ਉਸ ਨੂੰ ਦਵਿੰਦਰ ਬੰਮੀਹਾ ਦੇ ਖਿਲਾਫ ਕਰਤਾ ਦਵਿੰਦਰ ਬੰਮੀਹਾ ਦੀ ਆਪਣੀ ਜਿੱਥੋਂ ਤਾਂ ਗੱਲਬਾਤ ਸੀ ਉਸ ਨੇ ਐਸੀਆਂ ਬਹੁਤ ਸੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਰਵੀ ਖਵਾਜ ਕੇ ਦੇ ਮਰਡਰ ਤੋਂ ਬਾਅਦ ਦਵਿੰਦਰ ਬੰਮੀਹਾ ਦੀ ਦੁਸ਼ਮਣੀਆਂ ਜਿਹੜੀਆਂ ਸੀ ਉਹ ਹੋਰ ਉੱਭਰ ਚੁੱਕੀਆਂ ਸਨ ਇਸ ਦੌਰਾਨ ਜੱਗੂ ਭਗਵਾਨ ਪੂਰੀਆ ਗੈਂਗ ਜੋ ਉਸ ਦਿਨ ਨਾਲ ਕਿ ਉਸ ਦਾ 36 ਦਾ ਅੰਕੜਾ ਚੱਲ ਰਿਹਾ ਸੀ ਉਧਰ ਜੇਲ੍ਹ ਦੇ ਵਿੱਚ ਬੈਠਾ ਦਰੂ ਤੋਦਰ ਉਹਦਾ ਦੁਸ਼ਮਣ ਸੀ ਤੇ ਹੁਣ ਜੈਪਾਲ ਪੁੱਲਰ ਅਤੇ ਲੋਰੈਂਸ ਬਿਸ਼ਨੋਈ ਵੀ ਉਸ ਦੇ ਦੁਸ਼ਮਣ ਬਣ ਚੁੱਕੇ ਸਨ ਉਹਦੀ ਜਿਹੜੀ ਅੰਡਰਸਟੈਂਡਿੰਗ ਸੀ ਉਹ ਵਿੱਕੀ ਗੌਂਡਰ ਨਾਲ ਕਾਫੀ ਹੱਦ ਤੱਕ ਠੀਕ-ਠਾਕ ਚੱਲਦੀ ਪਈ ਸੀ ਕਿਉਂਕਿ ਵਿੱਕੀ ਗੌਂਡਰ ਦੀ ਇਕਲਿਹਾਜਦਾਰੀ ਉਸ ਦੇ ਨਾਲ ਸ਼ੁਰੂ ਤੋਂ ਰਹੀ ਜੋ ਕਿ ਅਖੀਰ ਦੇ ਮੌਕੇ ਤੱਕ ਵੀ ਵਿਗੜੀ ਨਹੀਂ ਸੀ ਲੇਕਿਨ ਅਗਸਤ 2016 ਦੇ ਵਿੱਚ 9 ਤੇ 10 ਅਗਸਤ ਦੀ ਇੱਕ ਐਸੀ ਘਟਨਾ ਹੈ ਜੋ ਕਿ ਇੱਕ ਬਹੁਤ ਵੱਡਾ ਸ਼ੂਟਆਊਟ ਸੀ ਦਵਿੰਦਰ ਬੰਬੀਹਾ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਉਹ ਬੇਸਿਕਲੀ ਉਸੇ ਚੱਕਰਵਿਊ ਦਾ ਨਤੀਜਾ ਸੀ ਜੋ ਕਿ ਖੁਦ ਦਵਿੰਦਰ ਬੰਬੀਹਾ ਵੱਲੋਂ ਰਚਿਆ ਗਿਆ ਸੀ ਹੋਇਆ ਏ ਸੀ ਵੀ ਜੱਗੂ ਭਗਵਾਨ ਪੂਰੀਏ ਦੇ ਨਾਲ ਆਪਣੀ ਦੁਸ਼ਮਣੀ ਪੂਰਨ ਲਈ ਜਾਂ ਉਸ ਦੇ ਖਿਲਾਫ ਜਿਹੜੀ ਇੱਕ ਮੋਹਿਮ ਸੀ ਉਸ ਦੇ ਗੁੱਟ ਦੇ ਲੋਕਾਂ ਨੂੰ ਖਤਮ ਕਰਨ ਲਈ ਕਿਉਂਕਿ ਬਹੁਤ ਸਾਰੇ ਐਸੇ ਲੋਕ ਸਨ ਜਿਨ੍ਹਾਂ ਵਿੱਚ ਗੋਪੀ ਕਨ ਸ਼ਾਮਪੂਰੀਆ ਸ਼ਾਮਲ ਸੀ ਜਾਂ ਦਰੂਤੌਦਰ ਉਹਦੇ ਵਿੱਚ ਸ਼ਾਮਲ ਸੀ ਜਾਂ ਹੋਰ ਐਸੇ ਕੁਝ ਲੋਕ ਸਨ ਲੰਮੇ ਪੱਟੀ ਵਰਗੇ ਜਾਂ ਹੋਰ ਸਾਰੇ ਗੈਂਗਸਟਰ ਸਨ ਇਹ ਲੋਕ ਮਿਲ ਕੇ ਦਵਿੰਦਰ ਬੰਬੀਹਾ ਦੇ ਨਾਲ ਜੱਗੂ ਭਗਵਾਨਪੂਰੀ ਦਾ ਗੈਂਗ ਜਿਹੜਾ ਸੀ ਉਸ ਤੇ ਲੋਕਾਂ ਨੂੰ ਉਸ ਦੇ ਜਿਹੜੇ ਗੈਂਗਸਟਰ ਸਨ ਉਹਨਾਂ ਨੂੰ ਮਾਰਨਾ ਚਾਹੁੰਦੇ ਸਨ ਇਸ ਦੇ ਲਈ ਇੱਕ ਪੂਰੀ ਸਾਜ਼ਿਸ਼ ਰਚੀ ਗਈ ਇਹ ਦੋਵੇਂ ਜਿਹੜੇ ਜੱਗੂ ਭਗਵਾਨਪੂਰੀਆ ਗੈਂਗ ਤੇ ਦਵਿੰਦਰ ਬੰਬੀਹਾ ਜਿਹੜਾ ਗੈਂਗ ਹੈ ਇਹ ਜਿਹੜੇ ਹਥਿਆਰ ਸਨ ਇਹ ਮੇਰਟ ਤੋਂ ਖਰੀਦੇ ਹੁੰਦੇ ਸਨ ਸੋ ਮੇਰਟ ਇੱਕ ਐਸੀ ਥਾਂ ਸੀ ਜਿੱਥੋਂ ਕਿ ਅਵੈਧ ਜਿਹੜੇ ਹਥਿਆਰ ਸਨ ਇੱਕ ਹੀ ਸਪਲਾਈਅਰ ਤੋਂ ਉਲੇ ਕਰਦੇ ਸਨ ਅਕੁਲ ਖੱਤਰੀ ਨਾਂ ਦਾ ਇੱਕ ਗੈਂਗਸਟਰ ਸੀ ਜੋ ਕਿ ਜੱਗੂ ਭਗਵਾਨਪੂਰੀਏ ਦੇ ਗੈਂਗ ਦਾ ਸੀ ਉਹ ਮੇਰਟ ਦੇ ਵਿੱਚ ਦਵਿੰਦਰ ਬਮੀਹਾ ਦੇ ਗੈਂਗ ਵੱਲੋਂ ਚੁੱਕ ਲਿਆ ਗਿਆ ਯਾਨੀ ਕਿ ਉਸਨੂੰ ਕਿਡਨਾਪ ਕਰ ਲਿਆ ਗਿਆ ਸੀ ਅਕਲ ਖੱਤਰੀ ਨੂੰ ਮੋਹਰਾ ਬਣਾ ਕੇ ਜਾਂ ਉਸਨੂੰ ਉਸਦੇ ਕਨਪੱਟੀ ਉੱਤੇ ਬੰਦੂਕ ਲਗਾ ਕੇ ਜਾਂ ਉਸਤੇ ਜ਼ੋਰ ਦਬਾਅ ਪਾ ਕੇ ਇੱਕ ਹੋਰ ਜਿਹੜਾ ਗੈਂਗਸਟਰ ਸੀ ਜੋ ਕਿ ਦਿਲਬਾਖ ਸਿੰਘ ਸੀ ਪੱਟੀ ਦਾ ਉਰਫ ਲੰਮਾ ਵੀ ਕਹਿੰਦੇ ਸੀ ਲੰਮਾ ਪੱਟੀ ਉਸਦਾ ਨਾਂ ਸੀ ਦਿਲਬਾਖ ਸਿੰਘ ਨੂੰ ਵੀ ਕਿਡਨਾਪ ਕਰ ਲਿਆ ਗਿਆ ਸੋ ਦੋ ਐਸੇ ਗੈਂਗਸਟਰ ਜਿਹੜੇ ਸਨ ਜੱਗੂ ਭਗਵਾਨਪੂਰੀਏ ਦੇ ਗੈਂਗ ਦੇ ਜਿਸ ਵਿੱਚ ਕੀ ਬੋਬੀ ਮਲੋਤਰਾ ਉਸਦਾ ਇੱਕ ਹੋਰ ਗੁਰਗਾ ਸੀ ਜੱਗੂ ਭਗਵਾਨਪੂਰੀਏ ਦਾ ਉਸ ਗੈਂਗ ਦੇ ਦੋ ਲੋਕਾਂ ਨੂੰ ਦਵਿੰਦਰ ਬੰਬੀਹਾ ਗੈਂਗ ਨੇ ਕਿਡਨਾਪ ਕਰ ਲਿਆ ਇਸ ਕਿਡਨਾਪਿੰਗ ਤੋਂ ਬਾਅਦ ਤੀਸਰੀ ਜਿਹੜੀ ਨਜ਼ਰ ਇਸ ਗੈਂਗ ਦੀ ਸੀ ਉਹ ਗੋਰੂ ਬੱਚਾ ਤੇ ਸੀ ਗੋਰੂ ਬੱਚੇ ਨਾਂ ਦਾ ਇਹ ਜਿਹੜਾ ਗੈਂਗਸਟਰ ਸੀ ਇਹ ਵੀ ਉਸੇ ਗੁੱਟ ਦਾ ਸੀ ਤੇ ਇਸ ਨੂੰ ਵੀ ਕਿਡਨਾਪ ਕਰਨ ਦੀ ਇੱਕ ਵਿਉਂਤ ਬੰਦੀ ਸੀ ਇਹ ਤਿੰਨੋਂ ਗੈਂਗਸਟਰਾਂ ਨੂੰ ਕਿਡਨਾਪ ਕਰਕੇ ਜੱਗੂ ਭਗਵਾਨਪੁਰੀ ਦੇ ਗਰੁੱਪ ਦੇ ਗੈਂਗਸਟਰਾਂ ਨੂੰ ਉਹਨਾਂ ਨੂੰ ਨਿਊਟਰਲਾਈਜ਼ ਜਾਂ ਐਲੀਮੀਨੇਟ ਕਰਨਾ ਸੀ ਦਵਿੰਦਰ ਬੰਬੀਹਾ ਦੇ ਗੈਂਗ ਨੇ ਜਿਸ ਵਿੱਚ ਕਿ ਉਸਦੀ ਕਾਫੀ ਹੱਦ ਤੱਕ ਕਾਮਯਾਬੀ ਹੋ ਚੁੱਕੀ ਸੀ ਦੋ ਗੈਂਗਸਟਰ ਚੁੱਕ ਲਏ ਸੀ ਉਸਨੇ ਲੇਕਿਨ ਜਦੋਂ ਤੀਸਰੇ ਗੈਂਗਸਟਰ ਨੂੰ ਚੁੱਕਣ ਦੀ ਗੱਲ ਆਈ ਤੇ ਜਦੋਂ ਫੋਨ ਲਗਾਇਆ ਗਿਆ ਉਸ ਫੋਨ ਦੇ ਵਿੱਚ ਜੱਗੂ ਭਗਵਾਨਪੁਰੀ ਹੈ ਦਾ ਜਿਹੜਾ ਬੰਦਾ ਸੀ ਬੋਬੀ ਮਲੋਤਰਾ ਉਸ ਵੱਲੋਂ ਇਸ ਚੀਜ਼ ਓਵਰ ਹੀਅਰ ਕਰ ਲਈ ਗਈ ਪਿੱਛੇ ਗੋਪੀ ਕੰਸ਼ਾਮਪੁਰੀ ਹੈ ਜੋ ਕਿ ਉਸ ਗੈਂਗ ਦਾ ਦੁਸ਼ਮਣ ਸੀ ਉਸ ਦੀ ਆਵਾਜ਼ ਜਾਂ ਫਿਰ ਉਸ ਵੱਲੋਂ ਉਸ ਫੋਨ ਦੇ ਉੱਤੇ ਜੋ ਕਿ ਲੰਮੇ ਪੱਟੀ ਸੀ ਉਸ ਨੂੰ ਕੀ ਸਿਖਾਇਆ ਜਾ ਰਿਹਾ ਸੀ ਇਸ ਚੀਜ਼ ਨੂੰ ਓਵਰ ਹੀਅਰ ਕਰ ਲਿਆ ਗਿਆ ਜਿਸ ਤੋਂ ਬਾਅਦ ਕੀ ਪੂਰੀ ਗੱਲਬਾਤ ਜੱਗੂ ਭਗਵਾਨਪੁਰੀ ਦੇ ਨੌਲੇਜ ਵਿੱਚ ਲਿਆਂਦੀ ਗਈ ਜਗੂ ਭਗਵਾਨ ਪੂਰੀਏ ਨੇ ਇਸ ਪੂਰੀ ਗੱਲਬਾਤ ਨੂੰ ਤਰੂ ਤੌਦਰ ਨੂੰ ਦੱਸਿਆ ਜੋ ਕਿ ਜੇਲ੍ਹ ਦੇ ਵਿੱਚ ਸੀ ਤੇ ਤਰੂ ਤੌਦਰ ਵੱਲੋਂ ਕੁਝ ਸ਼ਾਫ ਸ਼ੂਟਰ ਭੇਜੇ ਗਏ ਦੱਸਿਆ ਵੀ ਜਾਂਦਾ ਵੀ ਇਸ ਵਕਤ ਜੈਪਾਲ ਪੁੱਲਰ ਵੀ ਇਸ ਮੌਕੇ ਤੇ ਉਸ ਵੱਲੋਂ ਵੀ ਆਪਣੇ ਬੰਦੇ ਲਜਾਏ ਗਏ ਤੇ ਇੱਕ ਥਾਂ ਮੁਕਰਰ ਕੀਤੀ ਗਈ ਇਹ ਥਾਂ ਤਾਂ ਜਿਹੜੀ ਸੀ ਤੈ ਬੇਸਿਕਲੀ ਦਵਿੰਦਰ ਬੰਬੀਹਾ ਗੈਂਗ ਵੱਲੋਂ ਕੀਤੀ ਗਈ ਸੀ ਕਿਉਂਕਿ ਦਵਿੰਦਰ ਬੰਬੀਹਾ ਗੈਂਗ ਨੂੰ ਇਹ ਸੀ ਵੀ ਦੋ ਗੈਂਗਸਟਰਾਂ ਦੇ ਕਬਜ਼ੇ ਵਿੱਚ ਸੀ ਪਗਵਾਨਪੂਰੀਆ ਗੈਂਗ ਦੇ ਤੇ ਤੀਸਰੇ ਗੈਂਗਸਟਰ ਨੂੰ ਫੜ ਕੇ ਉਹ ਤਿੰਨੋਂ ਗੈਂਗਸਟਰਾਂ ਨੂੰ ਇਹ ਮਾਰ ਮੁਕਾਏਗਾ ਯਾਨੀ ਕਿ ਗੈਂਗਵਾਰਦੀ ਇੱਕ ਐਸੀ ਘਟਨਾ ਹੋਣੀ ਸੀ ਜਿਸ ਵਿੱਚ ਕਿ ਇੱਕ ਗੈਂਗ ਨੇ ਦੂਸਰੇ ਗੈਂਗ ਦੇ ਤਿੰਨ ਵੱਡੇ ਗੈਂਗਸਟਰ ਨੂੰ ਮਾਰ ਮੁਕਾਣਾ ਸੀ ਇਹ ਤਾਂ ਪਲੈਨਿੰਗ ਸੀ ਲੇਕਿਨ ਤਰਨ ਤਰਨ ਤੋਂ ਖਡੂਰ ਸਾਹਿਬ ਰੋਡ ਦੇ ਉੱਤੇ ਜਿਹੜੀ ਤੈ ਹੋਈ ਥਾਂ ਸੀ ਉੱਥੇ ਦਵਿੰਦਰ ਬੰਬੀਹਾ ਆਪਣੀ ਫੋਰਚਨਰ ਗੱਡੀ ਦੇ ਵਿੱਚ ਆਪਣੇ ਹੋਰ ਸਾਥੀਆਂ ਦੇ ਨਾਲ ਇਹ ਦੋਵਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੀ ਇਹਨਾਂ ਵਿੱਚ ਸਮਝਿਆ ਜਾਂਦਾ ਵੀ ਲੰਮੇ ਪੱਟੀ ਨੂੰ ਤਾਂ ਪਹਿਲਾਂ ਮਾਰਤਾ ਗਿਆ ਸੀ ਲੇਕਿਨ ਉਹਦੇ ਹੱਥ ਬੰਨੇ ਹੋਏ ਸੀ ਜਦੋਂ ਉਹਦੀ ਲਾਸ਼ ਬਾਅਦ ਦੇ ਵਿੱਚ ਬਰਾਮਦ ਹੋਈ ਲੇਕਿਨ ਇਸ ਦੇ ਨਾਲ ਹੀ ਜਿਹੜਾ ਅਕਲ ਖਤਰੀ ਸੀ ਉਸ ਨੂੰ ਤੇ ਲੰਮੇ ਪੱਟੀ ਨੂੰ ਲੈ ਕੇ ਇਹ ਉਸ ਗੱਡੀ ਦੇ ਵਿੱਚ ਆਉਂਦੇ ਨੇ ਲੇਕਿਨ ਉਸ ਦੌਰਾਨ ਜੱਗੂ ਭਗਵਾਨਪੂਰੀਆ ਬੋਬੀ ਮਲੋਤਰਾ ਤੇ ਦਰੂਦ ਆਦਰ ਵੱਲੋਂ ਭੇਜੇ ਗਏ ਸ਼ਾਰ ਫੂਟਰ ਜਿਨ੍ਹਾਂ ਦੇ ਵਿੱਚ ਕੀ ਜੈਪਾਲ ਭੁੱਲਰ ਖੁਦ ਵੀ ਸ਼ਾਮਲ ਸੀ ਦੱਸਿਆ ਜਾਂਦਾ ਇਹ ਦਾਵਾ ਹੈ ਹਾਲਾਂਕਿ ਇਸ ਚੀਜ਼ ਦੀ ਕੋਈ ਤਸਦੀਕ ਨਹੀਂ ਹੈ ਲੇਕਿਨ ਜੇ ਉਹ ਨਹੀਂ ਸੀ ਤਾਂ ਉਸ ਦੇ ਸ਼ੂਟਰ ਜ਼ਰੂਰ ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਸਨ ਉਹ ਸਾਰੇ ਮੌਜੂਦ ਹੁੰਦੇ ਨੇ ਤੇ ਇੱਕ ਕਾਊਂਟਰ ਜਿਹੜਾ ਹੈ Trap ਹੈ ਉਸ ਨੂੰ ਲੈ ਕਰ ਲਿਆ ਗਿਆ ਜਿਸ ਤੋਂ ਬਾਅਦ ਕੀ ਦਵਿੰਦਰ ਬੰਬੀਹਾ ਦੀ ਗੱਡੀ ਉੱਤੇ ਲਗਾਤਾਰ ਤਾਬੜ ਤੋੜ ਗੋਲੀਆਂ ਵਰਸਾਈਆਂ ਗਈਆਂ ਇੱਕ ਹਮਲਾ ਜਿਹੜਾ ਸੀ ਦਵਿੰਦਰ ਬੰਬੀਹਾ ਉੱਤੇ ਕਾਊਂਟਰ ਅਟੈਕ ਹੋਇਆ ਸ਼ੁਰੂਆਤ ਦੇ ਵਿੱਚ ਇਹ ਸਮਝਿਆ ਜਾਂਦਾ ਵੀ ਦਵਿੰਦਰ ਬੰਬੀ ਹਾਂ ਨੂੰ ਇਹ ਚੀਜ਼ ਸਮਝ ਨਹੀਂ ਆਈ ਕਿ ਜਿਹੜਾ ਹਮਲਾ ਹੈ ਉਹ ਉਸ ਨੂੰ ਲੱਗਾ ਵੀ ਸ਼ਾਇਦ ਉਸ ਦੇ ਪਿੱਛੇ ਪੁਲਿਸ ਜਾਂ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਜਾਂ ਜਿਹੜਾ ਪੁਲਿਸ ਨਹੀਂ ਜਾਂ ਜਿਹੜੀਆਂ ਸੀਆਈਏ ਦੇ ਟੀਮਾਂ ਵਗੈਰਾ ਉਹ ਲੱਗ ਗਈਆਂ ਨੇ ਲੇਕਿਨ ਬਾਅਦ ਦੇ ਵਿੱਚ ਇਹ ਚੀਜ਼ ਕਲੀਅਰ ਹੋਇਆ ਇਹ ਐਸੀ ਵੱਡੀ ਘਟਨਾ ਸੀ ਤਰਨਤਾਰਨ ਤੋਂ ਖਡੂਰ ਸਾਹਿਬ ਰੋਡ ਤੇ ਉਹ ਸਪੌਟ ਦੇ ਉੱਤੇ ਜਿਸ ਤੋਂ ਬਾਅਦ ਕਿਸ ਗੱਡੀ ਦਾ ਐਕਸੀਡੈਂਟ ਵੀ ਹੋਇਆ ਤਕਰੀਬਨ 200 ਗੋਲੀ ਜਿਹੜੀ ਹੈ ਉਹ ਜੱਗੂ ਭਗਵਾਨਪੂਰੀ ਤੇ ਉਸ ਦੇ ਗੈਂਗ ਵੱਲੋਂ ਲਗਾਤਾਰ ਬੰਬੀਹਾ ਗਰੂਪ ਉਤੇ ਚਲਾਈਆਂ ਗਈਆਂ ਇੱਕ ਕਾਊਂਟਰ ਜਿਹੜਾ ਅਟੈਕ ਸੀ ਉਹ ਵੀ ਲਾਂਚ ਕੀਤਾ ਗਿਆ ਸੋ ਦੋਵੇਂ ਪਾਸੋਂ ਜਿਹੜੀ ਕ੍ਰਾਸਪਾਰ ਹੋਈ ਉਸ ਵਿੱਚ ਲੰਮਾ ਪੱਟੀ ਸੀ ਦਿਲਬਖ ਸਿੰਘ ਉਸ ਦੀ ਮੌਤ ਹੋ ਗਈ ਅਕੁਲ ਖੱਤਰੀ ਸੀ ਉਹ ਫੱਟੜ ਹੋ ਗਿਆ ਤੇ ਇਸ ਦੇ ਨਾਲ ਹੀ ਦਵਿੰਦਰ ਬੰਬੀਹਾ ਸਮੇਤ ਗੋਪੀ ਕਨ ਸ਼ਾਮਪੂਰੀਆ ਇਹ ਉਹ ਸਾਰੇ ਲੋਕ ਜਿਹੜੇ ਕਿ ਇਸ ਪੂਰੀ ਸਾਜ਼ਿਸ਼ ਦਾ ਹਿੱਸਾ ਸਨ ਉਹਨਾਂ ਨੂੰ ਗੋਲੀਆਂ ਵੱਜੀਆਂ ਲੇਕਿਨ ਉਹ ਲੋਕ ਕਿਸੇ ਤਰੀਕੇ ਨਾਲ ਉਸ ਕਾਂ ਤੋਂ ਬਚਣ ਵਿੱਚ ਬਚ ਕੇ ਨਿਕਲਣ ਵਿੱਚ ਕਾਮਯਾਬ ਰਹੇ ਇੱਕ ਬਹੁਤ ਵੱਡਾ ਐਸਕੇਪ ਸੀ ਉਹਨਾਂ ਦਾ ਦੂਸਰੇ ਪਾਸੇ ਜੱਗੂ ਭਗਵਾਨਪੂਰੀ ਦੇ ਜਿੰਨੇ ਵੀ ਗੈਂਗਸਟਰ ਸਨ ਉਹਨਾਂ ਵਿੱਚ ਜ਼ਿਆਦਾਤਰ ਥੋੜੇ ਜੇ ਨੌਸੀਖੇ ਲੋਕ ਸਨ ਇਹ ਹੀ ਕਾਰਨ ਸੀ ਵੀ ਐਡੀ ਵੱਡੀ ਪੂਰੀ ਕਾਊਂਟਰ Trap ਲਗਾਈ ਜਾਂਦੇ باوجود ਵੀ ਦਵਿੰਦਰ ਬੰਬੀਹਾ ਤੇ ਉਸਦੇ ਸਾਰੇ ਲੋਕ ਇਸ ਪੂਰੇ ਕਾਊਂਟਰ ਅਟੈਕ ਦੇ ਵਿੱਚ Trap ਦੇ ਵਿੱਚ ਜੂਂਦੇ ਬਚ ਕੇ ਨਿਕਲਣ ਵਿੱਚ ਕਾਮਯਾਬ ਰਹੇ ਇੱਕ ਬਹੁਤ ਵੱਡੀ ਐਸਕੇਪ ਇਸ ਨੂੰ ਮੰਨਿਆ ਗਿਆ ਸਮਝਿਆ ਤਾਂ ਇਹ ਵੀ ਜਾਂਦਾ ਵੀ ਉੱਥੇ ਜੈਪਾਲ ਪੁੱਲਰ ਵੀ ਸੀ ਲੇਕਿਨ ਜਿਹੜੇ ਉਹਦੇ ਨਾਲ ਦੇ ਬੰਦੇ ਸੀ ਉਹ ਸਮਝਿਆ ਜਾਂਦਾ ਵੀ ਉਹਨੇ ਸਮਰੱਥ ਨਹੀਂ ਸਨ ਸੋ ਇੱਕ ਬਹੁਤ ਵੱਡੀ ਗੈਂਗਵਾਰ ਹੋਈ ਜਿਸ ਦੇ ਵਿੱਚ ਕੀ ਮੌਤ ਜਿਹੜੀ ਸੀ ਉਹ ਸਿਰਫ ਲੰਮੇ ਪੱਟੀ ਦਿਲਬਖ ਸਿੰਘ ਦੀ ਹੋਈ ਸੀ ਜਿਸ ਤੋਂ ਬਾਅਦ ਕੀ ਸਾਰੇ ਜਿਹੜੇ ਗੈਂਗਸਟਰ ਸਨ ਆਪਣੇ ਆਪਣੇ ਠਿਕਾਣੇ ਤੇ ਪਹੁੰਚ ਗਏ ਇਸ ਘਟਨਾ ਤੋਂ 1 ਮਹੀਨੇ ਬਾਅਦ ਦਵਿੰਦਰ ਬੰਬੀਹਾ ਨੂੰ ਬਠਿੰਡਾ ਪੁਲਿਸ ਦੀਆਂ ਸੀਏ ਯੂਨਿਟਸ ਨੇ ਇੱਕ ਇਨਕਾਊਂਟਰ ਵਿੱਚ ਟੀਰ ਕਰਤਾ ਉਮੈ ਜ਼ਿਕਰ ਕਰ ਚੁੱਕਾ ਹਾਂ ਵੀ ਗੁਲਗੀ ਜਟਾਣਾ ਨਾ ਦਾ ਇੱਕ ਪੋਲਟਰੀ ਫਾਰਮ ਦਾ ਮਾਲਕ ਸੀ ਜਿਸ ਵੱਲੋਂ ਇੱਕ ਟਿਪ-ਆਫ ਪੁਲਿਸ ਨੂੰ ਦਿੱਤੀ ਗਈ ਸੀ ਪੁਲਿਸ ਦੀ ਸੀਆਈਏ ਯੂਨਿਟਸ ਜੋ ਕਿ ਕਾਫੀ ਹੱਦ ਤੱਕ ਜਾਂ ਕਾਫੀ ਦੇਰ ਤੱਕ ਦਵਿੰਦਰ ਬੰਬੀਹਾ ਦੀਆਂ ਗਤੀਵਿਧੀਆਂ ਨੂੰ ਇਗਨੋਰ ਕਰਦੀ ਆ ਰਹੀ ਸੀ ਕਿਉਂਕਿ ਕਿਤੇ ਨਾ ਕਿਤੇ ਪੁਲਿਸ ਦੇ ਅੰਦਰਲੇ ਜਿਹੜੇ ਹਲਕੇ ਸਨ ਉਹਨਾਂ ਦੇ ਵਿੱਚ ਇਹ ਰਾਏ ਬਣੀ ਹੋਈ ਸੀ ਵੀ ਜੈਪਾਲ ਪੁੱਲਰ ਜੋ ਕਿ ਉਸ ਵਕਤ ਅਪ੍ਰੈਲ 2016 ਨੂੰ ਰੋਕੀ ਫਜ਼ਿਲਕਾ ਦਾ ਮਰਡਰ ਕਰ ਚੁੱਕਾ ਸੀ ਉਸ ਦਾ ਨਾਂ ਸਾਹਮਣੇ ਆ ਚੁੱਕਾ ਸੀ ਉਹ ਸ਼ਰਿਆ ਬਾਹਰ ਘੁੰਮ ਰਿਹਾ ਸੀ ਦਵਿੰਦਰ ਬੰਬੀਹਾ ਤੇ ਜੈਪਾਲ ਪੁੱ ਉਹ ਸਾਫ ਨਜ਼ਰ ਆ ਰਹੀ ਸੀ ਸੋ ਇਹ ਸਮਝਿਆ ਜਾ ਰਿਹਾ ਸੀ ਵੀ ਸੰਭਾਵਿਤ ਹੈ ਵੀ ਦਵਿੰਦਰ ਬੰਬੀਹਾ ਤੇ ਜੈਪਾਲ ਪੁੱਲਰ ਦੇ ਆਪਸੀ ਮੁਕਾਬਲੇ ਵਿੱਚ ਜੈਪਾਲ ਪੁੱਲਰ ਨੂੰ ਮਾਰ ਮੁਕਾਇਦ ਦਵਿੰਦਰ ਬੰਬੀਹਾ ਲੇਕਿਨ ਇਹ ਹੋਣ ਤੋਂ ਪਹਿਲਾਂ ਹੀ ਹਾਲਾਤ ਕੁਝ ਐਸੇ ਬਣ ਗਏ ਵੀ ਦਵਿੰਦਰ ਬੰਬੀਹਾ ਦੀ ਟਿਪ ਆਫ ਮਿਲੀ ਉਤਲੇ ਪੱਦਰ ਦੇ ਸੂਚਨਾਵਾਂ ਘੁੰਮੀਆਂ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਉਹ ਐਨਕਾਊਂਟਰ ਕਰਨਾ ਪਿਆ ਇਹ ਐਨਕਾਊਂਟਰ ਬਹੁਤ ਲੰਮਾ ਚੱਲਿਆ तकरीबन 2 ਘੰਟੇ ਤੱਕ ਉਹ ਐਨਕਾਊਂਟਰ ਜਿੱਥੇ ਇੱਕ ਟਾਣੀ ਉੱਤੇ ਦਵਿੰਦਰ ਬੰਬੀਹਾ ਜਿਸ ਨੂੰ ਕੀ ਕਾਰਨਰ ਕਰ ਲਿਆ ਗਿਆ ਸੀ ਪੁਲਿਸ ਵੱਲੋਂ ਕੇਰਾ ਪਾ ਲਿਆ ਗਿਆ ਸੀ 2 ਘੰਟੇ ਤੱਕ ਜਿਹੜਾ ਦਵਿੰਦਰ ਬੰਬੀਹਾ ਲਗਾਤਾਰ ਉੱਥੋਂ ਫਾਇਰਿੰਗ ਕਰਦਾ ਰਿਹਾ ਉਸ ਕੋਲ ਬਹੁਤ ਜ਼ਿਆਦਾ ਅਸਲਾ ਸੀ ਇੱਥੇ ਮੈਂ ਥੋੜਾ ਜਿਹਾ ਇਹ ਜ਼ਿਕਰ ਕਰਦਾ ਵੀ ਦਵਿੰਦਰ ਬੰਬੀਹਾ ਉਹ ਬਹੁਤ ਕਾਟੇ ਅਸੇ ਗੈਂਗਸਟਰ ਹੈਗੇ ਨੇ ਪੰਜਾਬ ਦੇ ਰਹੇ ਹੈਗੇ ਨੇ ਜਿਨ੍ਹਾਂ ਵਿੱਚੋਂ ਮੁਢਲੇ ਤੌਰ ਤੇ ਨਾ ਵਿੱਕੀ ਗੌਂਡਰ ਜਾਂ ਫਿਰ ਜੈਪਾਲ ਭੁੱਲਰ ਦਾ ਆਂਦਾ ਹੈ ਇੱਕ ਨੈਟਵਰਕਿੰਗ ਦੇ ਮਾਮਲੇ ਦੇ ਵਿੱਚ ਤੇ ਹੋਰ ਜਿਹੜੇ ਰਾਜ ਹੈਗੇ ਨੇ ਆ ਹੋਰ ਸੂਬੇ ਹੈਗੇ ਨੇ ਭਾਰਤ ਦੇ ਜਿਸ ਦੇ ਵਿੱਚ ਕੀ ਉੱਤਰ ਪ੍ਰਦੇਸ਼ ਬਿਹਾਰ ਜਾਂ ਫਿਰ ਮੁੰਬਈ ਦਾ ਅੰਡਰਵਰਲਡ ਆਂਦਾ ਉਹਨਾਂ ਦੇ ਨਾਲ ਆਪਸੀ ਸੰਬੰਧਾਂ ਤੇ ਤਾਲਮੇਲ ਬਿਠਾਉਣ ਦੇ ਵਿੱਚ ਦਵਿੰਦਰ ਬੰਬੀਹਾ ਵਰਗੇ ਗੈਂਗਸਟਰਾਂ ਦਾ ਨਾਮ ਬੋਲਦਾ ਸੀ ਤੇ ਦਵਿੰਦਰ ਬੰਬੀਹਾ ਦੀ ਨੈਟਵਰਕਿੰਗ ਇੱਥੋਂ ਤੱਕ ਦੱਸੀ ਜਾਂਦੀ ਹੈ ਵੀ ਅਕ੍ਰੋਸ ði ਇੰਟਰਨੈਸ਼ਨਲ ਬਾਰਡਰ ਯਾਨੀ ਕਿ ਪਾਰਤ ਅਤੇ ਪਾਕਿਸਤਾਨ ਦੇ ਬਾਰਡਰ ਉੱਤੇ ਆਰ ਪਾਰ ਜਾਣ ਦੀ ਸਮਰੱਥਾ ਪੰਜਾਬ ਦੇ ਗੈਂਗਸਟਰਾਂ ਦੇ ਵਿੱਚੋਂ ਕਿਸੇ ਵਿੱਚ ਸੀ ਤਾਂ ਉਹ ਦਵਿੰਦਰ ਬੰਬੀਹਾ ਕੋਲ ਹੀ ਸੀ ਤੇ ਇਹੀ ਕਾਰਨ ਸੀ ਦਵਿੰਦਰ ਬੰਬੀਹਾ ਕੋਲ ਜਿਹੜੇ ਵੀ ਹਥਿਆਰ ਮੌਜੂਦ ਹੁੰਦੇ ਸਨ ਉਹ ਬਹੁਤ ਹੀ ਜ਼ਿਆਦਾ ਹਾਈ ਲੈਵਲ ਦੇ ਹਾਈ ਗ੍ਰੇਡ ਦੇ ਹਥਿਆਰ ਸਨ ਇੰਪੋਰਟਡ ਵੈਪਨਸਨ ਬਹੁਤ ਹੀ ਰੇਅਰ ਹਥਿਆਰ ਉਸ ਕੋਲ ਅਕਸਰ ਉਹਨਾਂ ਤਸਵੀਰਾਂ ਵਿੱਚ ਵੇਖੇ ਗਏ ਕਾਰਨ ਇਹ ਸੀ ਵੀ ਉਹ ਬਹੁਤ ਸੌਖੇ ਤਰੀਕੇ ਨਾਲ ਬਾਰਡਰ ਅਕ੍ਰੋਸ ਦਾ ਬਾਰਡਰ ਆ ਜਾ ਪਾਰਿਆ ਸੀਗਾ ਉਹ ਇਸ ਪੂਰੇ ਆਪਰੇਸ਼ਨ ਨੂੰ ਮੈਨੇਜ ਕਰ ਪਾਰਿਆ ਸੀਗਾ ਇਹੀ ਕਾਰਨ ਸੀ ਵੀ ਜਦੋਂ ਸਤੰਬਰ 2016 ਦੇ ਵਿੱਚ ਇੱਕ ਬਹੁਤ ਵੱਡਾ ਮੁਕਾਬਲਾ ਹੋਇਆ ਜਿਸ ਵਿੱਚ ਕੀ ਸੀਆਈਏ ਯੂਨਿਟਸ ਬਠਿੰਡਾ ਵੱਲੋਂ ਲਗਾਤਾਰ ਉਸ ਉਤੇ ਫਾਇਰਿੰਗ ਜਦੋਂ ਕੀਤੀ ਜਾਂਦੀ ਹੈ ਉਨੂੰ ਆਪਸ਼ਨ ਦਿੱਤੀ ਜਾਂਦੀ ਹੈ ਵੀ ਉਹ ਸਰੈਂਡਰ ਕਰ ਦੇ ਲੇਕਿਨ ਦਵਿੰਦਰ ਬੰਬੀਹਾ ਜੋ ਕਿ ਕੱਲਾ ਸੀ ਉਸ ਦੇ ਨਾਲ ਇੱਕ ਤਾਰਾ ਦਸਾਂਝ ਨਾ ਦਾ ਇੱਕ ਹੋਰ ਗੈਂਗਸਟਰ ਦੱਸਿਆ ਜਾਂਦਾ ਹੈ ਹਾਲਾਂਕਿ ਇਸ ਚੀਜ਼ ਦੀਆਂ ਵੀ ਚਰਚਾਵਾਂ ਰਹੀਆਂ ਨੇ ਵੀ ਤਾਰਾ ਦਸਾਂਝ ਵੱਲੋਂ ਹੀ ਕਾਫੀ ਹੱਦ ਤੱਕ ਇਸ ਚੀਜ਼ ਨੂੰ ਸੁਨਿਸ਼ਚਿਤ ਵੀ ਕੀਤਾ ਗਿਆ ਵੀ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਦਵਿੰਦਰ ਬੰਬੀਹਾ ਹੈ ਉਹ ਬਚ ਨਾ ਸਕੇ ਇਸ ਤਰੀਕੇ ਦੀ ਪੁਲਿਸ ਨੂੰ ਇੱਕ ਟੈਸੀਟ ਸਪੋਰਟ ਜਿਸ ਨੂੰ ਅੰਦਰਲੇ ਖਾਤੋਂ ਜਿਹੜੀ ਸਪੋਰਟ ਸੀ ਉਸ ਦੇ ਸਾਥੀ ਵੱਲੋਂ ਹੀ ਦਿੱਤੀ ਗਈ ਸੀ ਇਹੀ ਕਾਰਨ ਵੀ ਸੀ ਕਿ ਦਵਿੰਦਰ ਬੰਬੀਹਾ ਨੇ ਇਕੱਲੇ ਆਪਣੇ ਬੂਤੇ ਉੱਤੇ ਜਾਂ ਫਿਰ ਤਾਰਾ ਦਸਾਂ ਜਿੰਨੀ ਵੀ ਉਸ ਨੂੰ ਮਦਦ ਦੇ ਸਕਦਾ ਸੀ ਉਸ ਦੇ ਬੇਸ ਉੱਤੇ ਤਕਰੀਬਨ 2 ਘੰਟੇ ਇਸ ਪੂਰੇ ਆਪਰੇਸ਼ਨ ਜਿਸ ਵਿੱਚ ਕੀ ਪਠਿੰਡਾ ਪੁਲਿਸ ਦੀ ਬਹੁਤ ਵੱਡੇ ਪੱਧਰ ਦੀ ਜਿਹੜੀ ਜਿਹੜੀ ਨਫਰੀ ਸੀ ਜਾਂ ਜਿਹੜੀ ਮੌਜੂਦਗੀ ਸੀ ਸਿਕਿਉਰਿਟੀ ਦੀ ਸਿਕਿਉਰਿਟੀ ਅਫੀਸ਼ਰਸ ਦੀ ਪੁਲਿਸ ਦੀ ਉਸ ਦੇ ਬਾਵਜੂਦ ਵੀ ਉਹਨਾਂ ਨੂੰ 2 ਘੰਟੇ ਲੱਗ ਗਏ ਜਿਸ ਤੋਂ ਬਾਅਦ ਹੀ ਦਵਿੰਦਰ ਬੰਬੀਹਾ ਨੂੰ ਮਾਰ ਮੁਕਾਇਆ ਗਿਆ ਦਵਿੰਦਰ ਬੰਬੀਹਾ ਕੋਲੋਂ ਦੱਸਿਆ ਜਾਂਦਾ ਵੀ ਉਸ ਵਕਤ ਉਸ ਟਾਣੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਫਿਸਟੀਕੇਟਿਡ ਵੈਪਨਸਨ ਕੁਝ ਐਸੇ ਐਸੇ ਹਥਿਆਰ ਸੋਫਿਸਟੀਕੇਟਿਡਸਨ ਆਟੋਮੈਟਿਕ ਰਾਈਫਲਸਨ ਜਿਸ ਦੀ ਕੀ ਕਲਪਨਾ ਵੀ ਉਸ ਵਕਤ ਜਿਹੜੀ ਪੁਲਿਸ ਟੀਮ ਨੇ ਉਸ ਨੂੰ ਕੇਰਾ ਪਾਇਆ ਸੀ ਉਸ ਨੂੰ ਨਹੀਂ ਸੀ ਇਓ ਸਮਾਂ ਸੀ ਜਦੋਂ ਕਿ ਉਹ ਫਰਾਰ ਸੀ ਇਹ ਉਹ ਸਮਾਂ ਸੀ ਜਦੋਂ ਕਿ ਉਹ ਫੱਟੜ ਵੀ ਸੀ ਕਿਉਂਕਿ ਉਸ ਦਾ ਇਲਾਜ ਵੀ ਚੱਲ ਰਿਹਾ ਸੀ 1 ਮਹੀਨਾ ਪਹਿਲਾਂ ਹੀ ਉਸ ਨੂੰ ਤਰਨ ਤਰਨ ਤੇ ਖਡੂਰ ਸਾਹਿਬ ਰੋਡ ਉੱਤੇ ਜਿਹੜੀ ਘਟਨਾ ਹੋਈ ਸੀ ਉਸ ਵਿੱਚ ਗੋਲੀ ਲੱਗੀ ਸੀ ਉਸੇ ਦੌਰਾਨ ਆਪਣੀਆਂ ਫਰਾਰੀ ਕਹਿ ਲਈ ਹੈ ਆਪਣੀ ਠਹਿਰ ਜਿਸ ਨੂੰ ਕਹਿੰਦੇ ਆ ਇਹਨਾਂ ਦੀ ਭਾਸ਼ਾ ਦੇ ਵਿੱਚ ਉਸ ਨੂੰ ਸਟਾਣੀ ਦੇ ਉੱਤੇ ਕੱਟ ਰਿਹਾ ਸੀ ਲੇਕਿਨ ਇਸ ਦੇ ਬਾਅਦ ਵੀ ਤਕਰੀਬਨ 2 ਘੰਟੇ ਦਾ ਸਮਾਂ ਉਸ ਨੇ ਪੁਲਿਸ ਨੂੰ ਰੋਕ ਕੇ ਰੱਖਿਆ ਪੁਲਿਸ ਵੱਲੋਂ ਉਸ ਨੂੰ तमाम ਮੌਕੇ ਦੇਣ ਦੇ ਬਾਵਜੂਦ ਵੀ ਦਵਿੰਦਰ ਬੰਬੀਹਾ ਜਿਹੜਾ ਸੀ ਉਸ ਨੇ ਸਰੈਂਡਰ ਨਹੀਂ ਕੀਤਾ ਤੇ ਉਹ ਇਸ ਐਨਕਾਊਂਟਰ ਦੇ ਵਿੱਚ ਟੇਰ ਕਰਤਾ ਗਿਆ ਪਠੰਡਾ ਦੇ ਐਸਐਸਪੀ ਤਤਕਾਲੀ ਜਿਹੜੇ ਸਨ ਸੁਪਨ ਸ਼ਰਮਾ ਇਸ ਪੂਰੇ ਇਨਕਾਊਂਟਰ ਨੂੰ ਲੀਡ ਕਰ ਰਹੇ ਸਨ ਇੱਕ ਬਹੁਤ ਵੱਡਾ ਇੱਕ ਬਹੁਤ ਵੱਡੀ ਅਚੀਵਮੈਂਟ ਸੀ ਪੰਜਾਬ ਪੁਲਿਸ ਲਈ ਕਿਉਂਕਿ ਦਵਿੰਦਰ ਬੰਬੀਹਾ ਜਿਹੜਾ ਸੀ ਉਸ ਦੇ ਨਾਂ ਉੱਤੇ ਬਹੁਤ ਵੱਡੀਆਂ ਵੱਡੀਆਂ ਵਾਰਦਾਤਾਂ ਬੋਲਦੀਆਂ ਸੀ ਮੁੰਬਈ ਦੇ ਵਿੱਚ ਵੀ ਉਸ ਨੇ ਕਈ ਐਸੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਇਹ ਸਮਝਿਆ ਜਾਂਦਾ ਹੈ ਵੀ ਬੱਬੂ ਮਾਨ ਜਿਹੜੇ ਉੱਗੇ ਸਿੰਗਰ ਹੈਗੇ ਨੇ ਉਹਨਾਂ ਨੂੰ ਵੀ ਦਵਿੰਦਰ ਬੰਬੀਹਾ ਤੋਂ ਖਤਰਾ ਰਿਹਾ ਜਿਸ ਕਾਰਨ ਉਹ ਕਈ ਮਹੀਨੇ ਬਾਹਰ ਉਹਨਾਂ ਨੂੰ ਰਹਿਣਾ ਪਿਆ ਸੀ ਕਿਉਂਕਿ ਦਵਿੰਦਰ ਬੰਬੀਹਾ ਆਪਣੇ ਇੱਕ ਅਸਾਈਨਮੈਂਟ ਜੋ ਕਿ ਉਸ ਨੂੰ ਮਿਲੀ ਹੋਈ ਸੀ ਕੋਈ ਐਸੀ ਦੁਸ਼ਮਣੀ ਸੀ ਕੋਈ ਐਸੇ ਉਸਦੇ ਸੰਬੰਧ ਕਿਉਂਕਿ ਇਹ ਲੋਕ ਕਰਦੇ ਕੀ ਸੀ ਕਿ ਇਹ ਲੋਗ ਬਹੁਤ ਸੇ ਐਸੇ ਪੰਜਾਬ ਦੇ ਗੈਂਗਸਟਰ ਰਹੇ ਹੈਗੇ ਨੇ ਕਈ ਤਾਂ ਉਹਨਾਂ ਦੇ ਵਿੱਚੋਂ ਸੁਪਾਰੀਆਂ ਲੈ ਕੇ ਕੰਟ੍ਰੈਕਟ ਕਿਲਿੰਗਸ ਕਰਦੇ ਸਨ ਲੇਕਿਨ ਇਹ ਕੁਛ ਐਸੇ ਗੈਂਗਸ ਸਨ ਜਿਨ੍ਹਾਂ ਵਿੱਚ ਦਵਿੰਦਰ ਬੰਬੀਹਾ ਸ਼ਾਮਲ ਸੀ ਜਾਂ ਕੁਛ ਹੋਰ ਐਸੇ ਗੈਂਗਸਟਰ ਵੀ ਸਨ ਜੋ ਕਿ ਅਕਸਰ ਆਪਣੇ ਜਿਹੜੇ ਨਾਲ ਦੇ ਕੁਛ ਹੋਰ ਕੋਰਸਪੋਂਡਿੰਗ ਜਿਹੜੇ ਗੈਂਗਸ ਸਨ ਹੋਰ ਸੂਬਿਆਂ ਦੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨਾਲ ਇੱਕ ਚੰਗੇ ਵਿਵਹਾਰ ਜਾਂ ਆਪਣਾ ਚੰਗਾ ਸੰਬੰਧ ਕਾਇਮ ਕਰਨ ਲਈ ਜਾਂ ਗੁੱਡਵਿਲ ਲਈ ਵੀ ਉਹਨਾਂ ਦੇ ਕਾਹੇ ਤੇ ਉਹ ਕੰਮ ਕਰਦਿਆ ਕਰਦੇ ਸਨ ਸੋ ਉਸੇ ਤਹਿਤ ਮੁੰਬਈ ਦਵਿੰਦਰ ਬੰਬੀਹਾ ਜਾਂਦਾ ਤੇ ਉੱਥੇ ਇੱਕ ਬਹੁਤ ਵੱਡੀ ਵਾਰਦਾਤ ਨੂੰ ਉਸ ਵੱਲੋਂ ਅੰਜਾਮ ਦਿੱਤਾ ਗਿਆ ਸੀ ਲੇਕਿਨ ਉਸਦੇ ਮੁੰਬਈ ਦੇ ਵਿੱਚ ਜਾਣ ਦਾ ਸਬੱਬ ਜਿਹੜਾ ਸੀ ਉਹ ਇੱਕ ਕਾਰਨ ਵੀ ਬਣ ਗਿਆ ਜਿਸ ਤੋਂ ਬਾਅਦ ਕੀ ਬੱਬੂ ਮਾਨ ਵਰਗੇ ਸਿੰਗਰ ਜਿਹੜੇ ਸਨ ਉਹਨਾਂ ਨੂੰ ਵੀ ਇਸ ਤਰੀਕੇ ਦਾ ਖਤਰਾ ਸੀ ਵੀ ਦਵਿੰਦਰ ਬੰਬੀਹਾ ਕਿਸੇ ਸਟੇਜ ਤੇ ਉਹਨਾਂ ਨੂੰ ਵੀ ਟਾਰਗੇਟ ਕਰ ਸਕਦਾ ਹੈ ਸੋ ਇਹੀ ਕਾਰਨ ਸੀ ਵੀ ਬੱਬੂ ਬਾਨ ਦੱਸਿਆ ਜਾਂਦਾ ਵੀ ਉਹ ਕੁਝ ਮਹੀਨੇ ਸ਼ਾਇਦ ਉਸ ਵਕਤ ਉਹਨਾਂ ਨੂੰ ਬਾਹਰ ਵੀ ਰਹਿਣਾ ਪਿਆ ਸੀ ਦਵਿੰਦਰ ਬੰਬੀਹਾ ਤੋਂ ਖਤਰਾ ਜਿਹੜਾ ਸੀ ਉਹ ਬਹੁਤ ਸਾਰੇ ਲੋਕਾਂ ਨੂੰ ਸੀ ਲੇਕਿਨ ਲੈ ਦੇ ਕੇ ਦਵਿੰਦਰ ਬੰਬੀਹਾ ਦੇ ਐਨਕਾਊਂਟਰ ਤੋਂ ਬਾਅਦ ਇੱਕ ਬਹੁਤ ਵੱਡੀ ਜਿਹੜਾ ਸਾਹ ਸੀ ਰਾਹਤ ਦਾ ਸਾਹ ਜਿਹੜਾ ਸੀ ਉਹ ਪੰਜਾਬ ਪੁਲਿਸ ਨੇ ਵੀ ਲਿਆ ਬਹੁਤ ਸੇ ਐਸੇ ਅੰਡਰਵਰਲਡ ਦੇ ਜਿਹੜੇ ਗੈਂਗਸਟਰ ਸਨ ਖਾਸ ਕਰਕੇ ਥਰੂ ਤੌਦਰ ਵਰਗੇ ਐਸੇ ਬਹੁਤ ਸੇ ਗੈਂਗਸਟਰ ਸਨ ਜਿਨ੍ਹਾਂ ਨੂੰ ਕੀ ਦਵਿੰਦਰ ਬੰਬੀਹਾ ਜਿੰਨੀ ਦੇਰ ਤੱਕ ਜਿਉਂਦਾ ਰਿਹਾ ਤੇ ਬਾਹਰ ਰਿਹਾ ਉਸ ਵਕਤ ਤੱਕ ਬਹੁਤ ਜ਼ਿਆਦਾ ਖਤਰਾ ਵੀ ਸੀ ਲੇਕਿਨ ਸਭ ਤੋਂ ਹੈਰਾਨੀ ਦੀ ਗੱਲ ਇਹ ਰਹੀ ਵੀ ਦਵਿੰਦਰ ਬੰਬੀਹਾ ਦੇ 2016 ਦੇ ਵਿੱਚ ਅੰਤ ਤੋਂ ਬਾਅਦ ਵੀ ਉਸ ਦੀ ਜਿਹੜੀ ਗਰੁੱਪ ਆ ਉਸ ਦੇ ਗੈਂਗ ਦੇ ਨਾਂ ਉੱਤੇ ਵਾਰਦਾਤਾਂ ਦਾ ਸਿਲਸਿਲਾ ਖਤਮ ਨਹੀਂ ਹੋਇਆ ਉਲਟਾ ਪਿਛਲੇ ਤਕਰੀਬਨ 5 ਸਾਲਾਂ ਦੇ ਵਿੱਚ ਅਸੀਂ ਇੱਕ ਤੋਂ ਬਾਅਦ ਇੱਕ ਵੱਡੀ ਵਾਰਦਾਤ ਹੁੰਦੀ ਹੋਈ ਵੇਖੀ ਸਿੰਗਰਾਂ ਤੋਂ ਫਿਰੌਤੀਆਂ ਵਸੂਲਣ ਦਾ ਕੰਮ ਪ੍ਰੋਟੈਕਸ਼ਨ ਮਣੀ ਲੈਣ ਦਾ ਕੰਮ ਪਰਮੇਸ਼ ਵਰਮਾ ਉਤੇ ਜਿਸ ਤਰੀਕੇ ਨਾਲ ਦਿਲਪ੍ਰੀਤ ਬਾਬੇ ਟਾਹਾਂ ਜੋ ਕਿ ਉਸ ਹਾਲਾਂਕਿ ਉਹ ਥੋੜਾ ਜਿਹਾ ਵੱਖਰੇ ਗੈਂਗ ਦੇ ਨਾਲ ਚੱਲਦਾ ਸੀ ਦਿਲਪ੍ਰੀਤ ਬਾਬਾ ਲੇਕਿਨ ਸੁਖਪ੍ਰੀਤ ਬੁੱਢਾ ਜਾਂ ਐਸੇ ਗੈਂਗਸਟਰ ਸਨ ਜੋ ਕਿ ਲਗਾਤਾਰ ਇਹ ਕੰਮ ਕਰਦੇ ਰਹੇ ਤੇ ਇਸੇ ਦਵਿੰਦਰ ਬੰਬੀਹਾ ਗੈਂਗ ਦੇ ਨਾਂ ਉੱਤੇ ਹੀ ਇਹਨਾਂ ਵੱਲੋਂ ਵਾਰਦਾਤਾਂ ਕੀਤੀਆਂ ਜਾਂਦੀਆਂ ਰਹੀਆਂ ਕੁਝ ਮਹੀਨੇ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਜਿੱਥੇ ਦੋ ਨੌਜਵਾਨਾਂ ਨੂੰ ਮਾਰਤਾ ਗਿਆ ਬਾਅਦ ਦੇ ਵਿੱਚ ਦਵਿੰਦਰ ਮੀਹਾ ਗਰੁੱਪ ਦੇ ਜਿਹੜੇ ਸ਼ੂਟਰ ਜਾਂ ਗੈਂਗਸਟਰ ਹੈਗੇ ਨੇ ਉਹਨਾਂ ਵੱਲੋਂ ਇਸ ਚੀਜ਼ ਨੂੰ ਲੈ ਕੇ ਮਾਫੀ ਮੰਗੀ ਗਈ ਉਹਨਾਂ ਪਰਿਵਾਰਾਂ ਤੋਂ ਮਾਫੀ ਮੰਗੀ ਗਈ ਕਿਉਂਕਿ ਇੱਕ ਮਿਸਟੇਕਨ ਆਈਡੈਂਟੀਟੀ ਦਾ ਕੇਸ ਕੇਸ ਸੀ ਦੱਸਿਆ ਗਿਆ ਵੀ ਗਲਤ ਪਛਾਣ ਕਰਕੇ ਦੋ ਨਜਾਇਜ਼ ਲੋਕਾਂ ਨੂੰ ਮਾਰਤਾ ਗਿਆ ਹਾਲਾਂਕਿ ਨਜਾਇਜ਼ ਤਾਂ ਸਾਰਿਆਂ ਨੂੰ ਹੀ ਮਾਰਿਆ ਜਾਂਦਾ ਰਿਹਾ ਇਸ ਗੈਂਗ ਵੱਲੋਂ ਲੇਕਿਨ ਇਹ ਜਿਹੜੇ ਦੋ ਅੰਮ੍ਰਿਤਸਰ ਦੇ ਵਿੱਚ ਨੌਜਵਾਨਾਂ ਨੂੰ ਮਾਰਿਆ ਗਿਆ ਉਹ ਬਿਲਕੁਲ ਹੀ ਇੱਕ ਨਜਾਇਜ਼ ਜਿਹੜੀ ਮੌਤ ਸੀ ਤੇ ਇੱਕ ਮਿਸਟੇਕਨ ਆਈਡੈਂਟੀਟੀ ਦਾ ਕੇਸ ਸੀ ਸੋ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਇੱਕ ਬਹੁਤ ਹੀ ਰੈਕਲੈਸ ਜਿਹੜੀ ਕਿਲਿੰਗਸ ਦੇ ਸਿਲਸਿਲੇ ਹੈਗੇ ਨੇ ਪੰਜਾਬ ਦੇ ਵਿੱਚ ਐਸੀਆਂ ਵਾਰਦਾਤਾਂ ਦੇ ਜ਼ਰੀਏ ਦੇਖਣ ਵਿੱਚ ਮਿਲੇ ਹੈਗੇ ਨੇ ਜੂਨ 2017 ਦੇ ਵਿੱਚ ਤਿੰਨ ਬਹੁਤ ਹੀ ਜੜਾ ਜਿਹੜੇ ਕੁਖਿਆਤ ਖਤਰਨਾਕ ਜਿਹੜੇ ਗੈਂਗਸਟਰ ਸਨ ਇਸ ਗੁੱਟ ਦੇ ਉਹਨਾਂ ਨੂੰ ਵੀ ਟੇਰ ਕਰਤਾ ਗਿਆ ਸੀ ਪੁਲਿਸ ਮੁਕਾਬਲੇ ਦੇ ਵਿੱਚ ਕਰਮਜੀਤ ਜਸਪ੍ਰੀਤ ਜੈਂਪੀ ਡਾਣ ਤੇ ਨਿਸ਼ਾਨ ਸਿੰਘ ਇਸ ਤੋਂ ਇਲਾਵਾ ਸਿਮਾ ਸਿੱਖੋਂ ਤੇ ਸੁਖਪ੍ਰੀਤ ਬੁੱੱਡਾ ਦਿਲਪ੍ਰੀਤ ਸਿੰਘ ਟਾਹਾਂ ਇਹ ਕੁਝ ਹੋਰ ਗੈਂਗਸਟਰ ਹੈਗੇ ਨੇ ਕਿਉਂਕਿ ਇਸ ਗੈਂਗ ਦੇ ਵੀ ਹੈਗੇ ਨੇ ਇਸ ਗੈਂਗ ਨਾਲ ਅਲਾਈਡ ਹੈਗੇ ਨੇ ਰਿਲੇਟਡ ਰਏ ਹੈਗੇ ਨੇ ਅੱਜ ਵੀ ਦੱਸਿਆ ਜਾਂਦਾ ਵੀ ਜਿਹੜਾ ਦਵਿੰਦਰ ਬੰਬੀਹਾ ਗੈਂਗ ਹੈ ਉਸ ਦੇ ਸੈਂਕੜਾ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਾਰਪ ਸ਼ੂਟਰ ਹੈਗੇ ਨੇ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੀ ਹੈਗੇ ਨੇ ਤੇ ਇਹ ਦੱਸਿਆ ਜਾਂਦਾ ਵੀ ਕਈ ਮੁਲਕਾਂ ਦੇ ਵਿੱਚ ਵੀ ਪ੍ਰੈਜ਼ੈਂਸ ਹੈਗੀ ਹੈ ਜਿਸ ਦੇ ਕਾਰਨ ਹੀ ਵਿਦੇਸ਼ਾਂ ਦੇ ਵਿੱਚ ਵੀ ਕੁਝ ਐਸੀਆਂ ਵਾਰਦਾਤਾਂ ਕਰਨ ਦੇ ਵਿੱਚ ਇਹ ਗੈਂਗ ਜਿਹੜਾ ਹੈ ਉਹ ਕਾਮਯਾਬ ਰਿਹਾ ਹੈ ਸੋ ਇੱਕ ਬਹੁਤ ਹੀ ਖਤਰਨਾਕ ਗੈਂਗ ਹੈ ਦਵਿੰਦਰ ਬੰਬੀਹਾ ਗੈਂਗ ਤੇ ਇੱਕ ਐਸਾ ਨੌਜਵਾਨ ਜੋ ਕਿ ਜਿਸ ਦੀ ਉਮਰ 25 ਤੋਂ 26 ਸਾਲ ਸੀ ਲੇਕਿਨ ਆਪਣੇ ਹੱਥੋਂ ਬਹੁਤ ਸੇ ਕਤਲ ਕਰਨ ਆਪਣੇ ਹੱਥੋਂ ਬਹੁਤ ਸੀਆਂ ਵਾਰਦਾਤਾਂ ਨੂੰ ਅੰਜਾਮ ਦਵਾਣ ਪੰਜਾਬ ਵਿੱਚ ਹੀ ਨਹੀਂ ਬਲਕਿ ਮੁੰਬਈ ਵਰਗੇ ਸ਼ਹਿਰਾਂ ਵਿੱਚ ਜਾ ਕੇ ਵੀ ਆਪਣੇ ਹੱਥੋਂ ਇਸ ਆਦਮੀ ਨੇ ਬਹੁਤ ਸੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸ਼ੁਰੂਆਤ ਇਸ ਦੀ ਜਦੋਂ ਦੀ ਦੁਨੀਆ ਦੇ ਵਿੱਚ ਤਕਰੀਬਨ ਉਸੇ ਤਰੀਕੇ ਨਾਲ ਹੋਈ ਇੱਕ ਨੌਜਵਾਨ ਸੀ ਜੋ ਕਿ ਇਸੇ ਲੜਾਈ ਝਗੜੇ ਦੇ ਵਿੱਚ ਐਸਾ ਜੇਲ ਦੇ ਵਿੱਚ ਅੰਦਰ ਗਿਆ ਜਿੱਥੇ ਕਿ ਜੇਲ ਦੀਆਂ ਉਹਨਾਂ ਅਪਰਾਧ ਦੀਆਂ ਯੂਨੀਵਰਸਟੀਆਂ ਨੇ ਉਸ ਨੂੰ ਇੱਕ ਐਸੇ ਖਤਰਨਾਕ ਗੈਂਗਸਟਰ ਦੇ ਵਿੱਚ ਤਬਦੀਲ ਕਰਤਾ ਜੋ ਕਿ ਬਾਅਦ ਦੇ ਵਿੱਚ ਪੰਜਾਬ ਦੇ ਸਭ ਤੋਂ ਖਤਰਨਾਕ ਗੈਂਗਸਟਰਾਂ ਦੇ ਵਿੱਚੋਂ ਇੱਕ ਮੰਨਿਆ ਗਿਆ ਤੇ ਰਵੀ ਖਵਾਜਕੇ ਨੂੰ ਜਦੋਂ ਇਹ ਮਾਰ ਦੰਦਾ ਗੈਂਗਸਟਰ ਉਸ ਤੋਂ ਬਾਅਦ ਇਸ ਦੇ ਕਰਤੂਤਾਂ ਕਹ ਲਈਏ ਜਾਂ ਇਸ ਦੇ ਜਿਹੜੇ ਪੁੱਠੇ ਕੰਮ ਸੀ ਉਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋਈ ਬਾਅਦ ਦੇ ਵਿੱਚ ਬਹੁਤ ਹੀ ਵੱਡੇ-ਵੱਡੇ ਜਿਹੜੇ ਮੁਕਾਬਲੇ ਇਸ ਨੇ ਕੁਝ ਮਹੀਨਿਆਂ ਦੇ ਵਿੱਚ ਹੁੰਦੇ ਹੋਏ ਦੇਖੇ ਉਹਨਾਂ ਦੇ ਵਿੱਚ ਇਹ ਉਹਨਾਂ ਹਮਲਿਆਂ ਜਾਂ ਉਹਨਾਂ ਜਿਹੜੇ ਗੈਂਗਵਾਰਸ ਦਾ ਇਹ ਨਿਸ਼ਾਨਾ ਵੀ ਬਣਿਆ ਲੇਕਿਨ ਬਚਨ ਦੇ ਵਿੱਚ ਕਾਮਯਾਬ ਹੁੰਦਾ ਰਿਹਾ ਲੇਕਿਨ ਅਖੀਰ ਦੇ ਵਿੱਚ ਸਤੰਬਰ 2016 ਦੇ ਵਿੱਚ ਇਸ ਦਾ ਅੰਤ ਹੋਇਆ ਤੇ ਇਸ ਤੋਂ ਬਾਅਦ ਹੁਣ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਉਹ ਇਸ ਦੇ ਨਾਂ ਉੱਤੇ ਚੱਲ ਰਹੀਆਂ ਨੇ ਸੋ ਏਸੀ ਦਵਿੰਦਰ ਬੰਬੀਹਾ ਅਤੇ ਉਸ ਦੇ ਗੈਂਗ ਦਾ ਲੇਖਾ ਜੋਖਾ ਹਜੇ ਵੀ ਇਹ ਗੈਂਗ ਬਹੁਤ ਸੀਆਂ ਐਸੀਆਂ ਗਤੀਵਿਧੀਆਂ ਦੇ ਵਿੱਚ ਇਨਵੋਲਡ ਹੈ ਸਮਾਂ ਰਹਿੰਦੇ ਹੀ ਇਸ ਗੈਂਗ ਦੇ ਹੋਰ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ ਬਹੁਤ ਸਾਰੇ ਜਿਹੜੇ ਸ਼ਾਰਪ ਸ਼ੂਟਰ ਹੈਗੇ ਨੇ ਇਸ ਗੈਂਗ ਨੂੰ ਹਜੇ ਵੀ ਉਹਨਾਂ ਬੇਰੋਜ਼ਗਾਰਾਂ ਜਾਂ ਉਹਨਾਂ ਪਟਕੇ ਹੋਏ ਨੌਜਵਾਨਾਂ ਦੀ ਸ਼ਕਲ ਦੇ ਵਿੱਚ ਬਹੁਤ ਹੀ ਸੌਖੇ ਸੁਖਾਲੇ ਤਰੀਕੇ ਨਾਲ ਮਿਲ ਪਾ ਰਹੇ ਨੇ ਸਾਡੇ ਸਿਸਟਮ ਦੀ ਇਤਰਾਸ ਦੀ ਹੈ ਕਿ ਅੱਜ ਵੀ ਇਹ ਗੈਂਗ ਆਪਣੀ ਗਰਮੀਆਂ ਨੂੰ ਅੰਜਾਮ ਦੇ ਪਾ ਰਹੇ ਹਨ ਉਹਨਾਂ ਵਾਰਦਾਤਾਂ ਨੂੰ ਕਰ ਪਾ ਰਹੇ ਹੈ ਤੇ ਜੇ ਵਿੱਕੀ ਮਿੱਡੂ ਖੇੜਾ ਦੀ ਮੌਤ ਪਿੱਛੇ ਇਸ ਗੈਂਗ ਜਿਸਨੇ ਕਿ ਜ਼ਿੰਮੇਵਾਰੀ ਲਈ ਹੈ ਜੇ ਵਾਕਈ ਇਹ ਗੈਂਗ ਹੈ ਤਾਂ ਇਸ ਗੈਂਗ ਨੂੰ ਹੁਣ ਇਸ ਵਕਤ ਕਾੜਨਾ ਹੈ ਇਸ ਦੇ ਜਿਹੜੇ ਸ਼ਾਰਪ ਸ਼ੂਟਰਸ ਹੈਗੇ ਨੇ ਉਹਨਾਂ ਨੂੰ ਫੜਨਾ ਉਹਨਾਂ ਨੂੰ ਕਾਬੂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਸੋ ਪੰਜਾਬ ਪੁਲਿਸ ਲੱਗੀ ਹੋਈ ਹੈ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਪੰਜਾਬ ਦਾ ਲੱਗਾ ਹੋਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਬਚੇ ਕੁਚੇ ਲੋਕ ਹੈਗੇ ਨੇ ਆਸ ਤੇ ਉਮੀਦ ਹੈ ਕਿ ਉਹ ਇਸ ਗੈਂਗ ਦੇ ਦਵਿੰਦਰ ਬੰਬੀਹਾ ਦੇ ਬ੍ਰਾਂਡ ਨੇਮ ਦੇ ਉੱਥੱਲੇ ਜਿਹੜਾ ਗੈਂਗ ਚੱਲ ਰਿਹਾ ਹੈ ਉਸ ਦੇ ਛੇਤੀ ਹੀ ਕਾਬੂ ਕਰ ਲਏ ਜਾਣਗੇ ਦਵਿੰਦਰ ਬੰਬੀਹਾ ਉਤੇ ਬਹੁਤ ਸੇ ਸਾਡੇ ਸਬਸਕ੍ਰਾਈਬਰਸ ਵੱਲੋਂ ਡਿਮਾਂਡ ਵੀ ਲਗਾਤਾਰ ਆਂਦੀ ਰਹੀ ਵੀ ਦਵਿੰਦਰ ਬੰਬੀਹਾ ਬਾਰੇ ਦੱਸਿਆ ਜਾਵੇ ਬੇਸ਼ੱਕ ਕਈ ਲੋ ਕਿਉਂਕਿ ਬਹੁਤ ਸਾਰੇ ਜਿਹੜੇ ਗੈਂਗਸਟਰ ਹੈਗੇ ਨੇ ਬਹੁਤ ਯੰਗ ਏਜ ਦੇ ਲੜ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਨੌਜਵਾਨ ਹੈਗੇ ਨੇ ਦਿਖਣ ਦੇ ਵਿੱਚ ਬੜੇ ਸੋਹਣੇ ਸੁਨੱਖੇ ਨੌਜਵਾਨ ਲੱਗਦਾ ਨਹੀਂ ਵੀ ਉਹ ਪੜ੍ਹ ਪੜ੍ਹਾਈ ਲਿਖਾਈ ਵਾਲੇ ਨੌਜਵਾਨ ਕਿਸ ਪਾਸੇ ਤੁਰ ਪਏ ਨੇ ਲੋ ਬਹੁਤ ਲੋਕਾਂ ਦੀ ਜਿਹੜੀ ਹਮਦਰਦੀ ਵੀ ਇਹਨਾਂ ਦੇ ਨਾਲ ਹੁੰਦੀ ਹੈ ਲੇਕਿਨ ਇਹ ਤੁਹਾਨੂੰ ਦੱਸਦੀ ਵੀ ਬਹੁਤ ਹੀ ਪੋਲੀਆਂ ਸੂਰਤਾਂ ਦੇ ਪਿੱਛੇ ਬਹੁਤ ਹੀ ਕੁਖਿਆਤ ਜਾਂ ਖਤਰਨਾਕ ਜਿਹੜੇ ਅਪਰਾਧੀ ਹੈਗੇ ਨੇ ਜਿਨ੍ਹਾਂ ਨੇ ਅਪਰਾਧ ਦੀਆਂ ਐਸੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਿਨ੍ਹਾਂ ਦਾ ਹਿਸਾਬ ਕਿਤਾਬ ਕੋਈ ਨਹੀਂ ਹੈ ਮੈਂ ਤੁਹਾਨੂੰ ਅੱਜ ਦੱਸ ਰਿਹਾ ਹਾਂ ਕਿਉਂਕਿ ਬਹੁਤ ਸੇ ਐਸੀਆਂ ਵਾਰਦਾਤਾਂ ਹੈਗੀਆਂ ਨੇ ਜੋ ਕਿ ਇਹਨਾਂ ਨੇ ਦਿੱਤੀਆਂ ਅੰਜਾਮ ਤੇ ਉਹਨਾਂ ਨੂੰ ਰਿਕਾਰਡ ਤੇ ਨਹੀਂ ਲਿਆਂਦਾ ਜਾ ਸਕਿਆ ਕਿਉਂਕਿ ਇਹਨਾਂ ਨੂੰ ਖੁਦ ਨੂੰ ਵੀ ਅੰਦਾਜ਼ਾ ਨਹੀਂ ਸੀ ਵੀ ਇਹਨਾਂ ਨੇ ਕਿੱਥੇ ਕਿੱਥੇ ਕਿਹੜੇ ਕਿਹੜੇ ਲੋਕਾਂ ਨੂੰ ਮਾਰਿਆ ਸੋ ਇੱਕ ਬਹੁਤ ਹੀ ਗਲਤ ਗੈਂਗ ਹੈਦਰਾਬੰਦਰ ਬ ਅਜਿस्तो ਕੀ ਬਚਨ ਦੀ ਵੀ ਲੋੜ ਹੈ ਤੇ ਪੁਲਿਸ ਦਾ ਰਡਾਰ ਕਦੋਂ ਇਸ ਦੇ ਉੱਤੇ ਸਹੀ ਤਰੀਕੇ ਨਾਲ ਫੋਕਸ ਕਰ ਪਾਏ ਤੇ ਇਸ ਨੂੰ ਤਰਦਬੋਚ ਪਾਏ ਇਸ ਦੇ ਜਿਹੜੇ ਸ਼ੂਟਰਾਂ ਨੂੰ ਇਸ ਰਾਤੋਂ ਅਲੱਗ ਕਰ ਪਾਏ ਚੇਲਾਂ ਦੇ ਵਿੱਚ ਡੱਕ ਪਾਏ ਸਮੇਂ ਰਹਿੰਦਿਆਂ ਇਹੀ ਸਾਡੀ ਆਸ ਤੇ ਉਮੀਦ ਹੈ ਜਿਸ ਨੋਟ ਦੇ ਉੱਤੇ ਮੈਂ ਇਸ ਵੀਡੀਓ ਨੂੰ ਵਿਰਾਮ ਦਾਂਗਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਵੇਖਣ ਲਈ ਅਗਲੀ ਵੀਡੀਓ ਲਈ ਤਿਆਰ ਰਹੋ